ਇਹ ਤਸਵੀਰਾਂ ਨੇ ਇੱਥੇ ਆ ਕੇ ਬਹੁਤ ਸਾਰੇ ਲੋਕਾਂ ਦੇ ਜਿਹੜੇ हेयर ਟ੍ਰਾਂਸਪਲੈਂਟ ਕਰਵਾਉਣ ਤੋਂ ਬਚੇ ਨੇ ਇਹ ਉਹ ਫਾਰਮੂਲਾ ਹੈ ਜਿਸ ਦੇ ذریعے ਇਹ ਜਿਹੜਾ ਤੇਲ ਹੈਗਾ ਜਿਸ ਦੇ ذریعے ਬਣਾਇਆ ਜਾਂਦਾ ਹੈ ਜਿਹੜੇ ਇੰਗਰੀਡੀਅੰਟਸ ਨੇ ਇਹਦੇ ਵਿੱਚ ਪਾਏ ਜਾਂਦੇ ਨੇ لمبے ਵਾਲ ਸੋਹਣੇ ਲੱਗਦੇ ਨੇ ਤੁਸੀਂ ਕਿੰਨੇ ਕੁ ਲੰਮੇ ਵਾਲ ਕਰਨੇ ਠੀਕ ਠਾਕ ਨੇ ਹੁਣ ਤੇ ਗੋਡਿਆਂ ਤੋਂ ਥੱਲੇ ਤੱਕ ਹੋ ਜਾਂਦੇ ਨੇ ਉਹ ਇੱਥੇ ਜਿਹੜੀਆਂ ਧੀਆਂ ਸਾਡੀਆਂ ਕੁੜੀਆਂ ਸਾਡੀਆਂ ਭੈਣਾਂ ਇੱਥੇ ਜਿਹੜੇ ਬੈਠੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਉਦੋਂ ਤੱਕ ਨਹੀਂ ਹਟਣਗੀਆਂ ਇੱਥੇ ਆਉਣ ਤੋਂ ਇਹ ਤੇਲ ਲਾਉਣ ਤੋਂ ਜਦੋਂ ਤੱਕ ਗੋਡਿਆਂ ਤੋਂ ਹੀਟਾ ਨਹੀਂ ਵਾਲ ਚਲੇ ਜਾਂਦੇ ਸੋ ਕਿ ਜਿਹੜਾ ਇਹ ਫਾਰਮੂਲਾ ਇੱਥੇ ਮੁੰਡੇ ਕੁੜੀਆਂ ਦਾ ਤੁਸੀਂ ਤਾਂ ਤਾਂ ਲੱਗਿਆ ਹੋਇਆ ਇੱਥੇ ਕੁੜੀਆਂ ਮੁੰਡੇ ਬੈਠੇ ਨੇ ਕਿੱਥੋਂ ਮਿਲਿਆ ਤੁਹਾਨੂੰ ਇਹ ਫਾਰਮੂਲਾ ਵਿੱਚ ਮੈਂ ਲੋਕਾਂ ਨੂੰ ਫ੍ਰੀ ਵੰਡੇਆ ਬਹੁਤ ਲੋਕਾਂ ਨੂੰ ਫ੍ਰੀ ਵੰਡੇਆ ਔਰ ਲੋਕੀ ਇਹੋ ਜਿਹਾ ਆਏ ਆ ਜਿਹੜੇ ਬੰਦੇ ਕਹਿੰਦੇ ਬਈ ਮੈਨੂੰ ਤਾਂ ਗੰਜਾਪਨ ਵੀ ਮੇਰਾ ਠੀਕ ਹੋ ਗਿਆ ਪਰ ਅਸੀਂ ਦਾਵਾ ਨਹੀਂ ਕਰਦੇ ਗੰਜੇਪਨ ਦਾ ਠੀਕ ਹੈ ਨਾ ਅਸੀਂ ਕਹਿੰਦੇ ਨਾ ਗੰਜਾਪਨ ਠੀਕ ਹੋ ਸਕਦਾ ਪਰ ਸਾਡੇ ਕੋਲ ਇਦਾਂ ਦੇ ਕੇਸਸ ਆਏ ਆ ਜਿਹੜੇ ਕਹਿੰਦੇ ਸਾਡੇ ਵਾਲ ਲੰਬੇ ਹੋ ਗਏ ਆ ਸੰਘਣੇ ਹੋ ਗਏ ਆ ਚਿੱਟਿਆਂ ਤੋਂ ਕਾਲੇ ਹੋ ਗਏ ਆ ਠੀਕ ਹੈ ਸਭ ਪਹਿਲਾਂ ਮੈਂ ਵੀ ਰਿਮਾਉਂਡਿੰਗ ਕੀਤੀ ਸੀ ਕਿ ਵਾਲ ਵਾਲ ਝੜਦੇ ਸੀ ਟੁੱਟ ਜਾਂਦੇ ਸੀ ਮਤਲਬ ਆ ਤੁਹਾਡੇ ਸਾਹਮਣੇ ਮੇਰੇ ਕਿੰਨੀ ਬਿਰਲ ਪਈ ਹੋਈ ਆ ਇਹ ਮੈਂ ਪਹਿਲਾਂ ਮੇਰੇ ਗੰਜਾਪਨ ਸੀਗਾ ਜੀ ਇੱਥੇ ਦੇਖ ਲਓ ਆ ਤੁਹਾਡੇ ਸਾਹਮਣੇ ਆ ਤੇ ਹੁਣ ਦੇਖ ਲਓ ਤੁਹਾਡੇ ਸਾਹਮਣੇ ਆ ਬਿਲਕੁਲ ਮੇਰੇ ਗਰੋਥ ਆ ਚੁੱਕੀ ਆ ਤੇ ਹੁਣ ਤੁਹਾਡੇ ਸਾਹਮਣੇ ਵੀ ਬਹੁਤ ਵਧੀਆ ਮਤਲਬ ਇਹਦਾ ਰਿਜ਼ਲਟ ਬਣਿਆ ਮਾਰਕੀਟ ਦੇ ਵਿੱਚ ਇਸ ਵੇਲੇ ਖੁਸ਼ਬੂਦਾਰ ਤੇਲ ਚੱਲੇ ਹੋਏ ਨੇ ਸਾਡੇ ਸਿਰਾਂ ਦਾ ਸਾਡੇ ਦਿਮਾਗਾਂ ਦਾ ਤੇ ਸਾਡੇ ਮੂੰਹ ਮਹੰਦਰ ਦਾ ਬੇੜਾ ਕਰ ਕੋ ਉਹਨਾਂ ਨੇ ਕੀਤਾ ਹੋਇਆ ਹਲਕਾ ਤੇਲ ਜਾਂ ਹਲਕਾ ਸਾਬਣ ਲੈ ਕੇ ਵਰਤਦੇ ਹੈਗੇ ਉਹ ਕੈਮੀਕਲ ਯੋਗਤ ਹੁੰਦੇ ਆ ਉਹਦੇ ਨਾਲ ਵਾਲਾਂ ਦੀ ਜੜ ਜਿਹੜੀ ਕਾਫੀ ਪਤਲੀ ਹੋ ਜਾਂਦੀ ਆ ਜੜ ਹਲਕੀ ਹੋ ਜਾਂਦੀ ਆ ਜਿਹੜੀ ਮਸਲ ਦੀ ਉਹ ਵਾਲ ਨੂੰ ਫੜਨ ਦੀ ਜਿਹੜੀ ਸ਼ਕਤੀ ਉਹ ਘਟ ਜਾਂਦੀ ਆ ਮੇਰੀ ਪੋਤੀ 14 12 ਸਾਲ ਦੀ ਹੈਗੀ ਤਕਰੀਬਨ ਤੇ ਉਹਦੇ ਇਦਾਂ ਹੀ ਵਾਲ ਜਾ ਝੜਨੇ ਤਾਂ ਮਤਲਬ ਕੰਗੇ ਦੇ ਵਿੱਚ ਗੁੱਛੇ ਬਣ ਕੇ ਆਣੇ ਹਾਂ ਸਰ ਮੇਰੀ ਬੀਅਰਡ ਗਰੋਥਿੰਗ ਦੀ ਪ੍ਰੋਬਲਮ ਸੀਗੀ ਮੇਰੀ ਬੀਅਰਡ ਗਰੋਥ ਨਹੀਂ ਹੋ ਰਹੀ ਸੀਗੀ ਤੇ ਮੇਰੇ ਫਰੈਂਡਸ ਵਾਰਾ ਕਾਫੀ ਸਾਰੇ ਬੀਅਰਡ ਆਗੇ ਸੀ ਕਿ ਮੈਂ ਬਹੁਤ ਔਕਵਰਡ ਫੀਲ ਕਰਦਾ ਸਣਾ ਨਾ ਰਹਿਣਾ ਵੀ ਤੇ ਮੇਰੇ ਇੱਕ ਫਰੈਂਡ ਨੇ ਇਹਨਾਂ ਤੇਲ ਸੁਜੈਸਟ ਕੀਤਾ ਤੇ ਮੈਂ 1-2 ਮਹੀਨੇ ਤੋਂ ਯੂਜ਼ ਕਰ ਰਿਹਾ ਹਾਂ ਤੇ ਮੈਨੂੰ ਬਹੁਤ ਹੀ ਵਧੀਆ ਰਿਜ਼ਲਟ ਦੇਖਣ ਨੂੰ ਮਿਲਿਆ ਆ ਤੇ ਇਸੇ ਕਰਕੇ ਮੈਂ ਹੋਰ ਸ਼ੀਸ਼ੀ ਪਰਚੇਸ ਕਰਨ ਆਇਆ ਸੀਗਾ ਕਿਉਂਕਿ ਇਹ ਛੋਟੀ ਉਮਰ ਦੇ ਮੁੰਡੇ ਕੁੜੀਆਂ ਨੇ ਉਹਨਾਂ ਨੂੰ ਕੀ ਕੀ ਦਿੱਕਤਾਂ ਆ ਰਹੀਆਂ ਨੇ ਵਾਲਾਂ ਨੂੰ ਲੈ ਕੇ ਕਿਉਂਕਿ ਤੁਸੀਂ ਇੱਥੇ ਜਿਹੜੇ ਤੁਹਾਡੇ ਕੋਲ ਇੱਥੇ ਤੇਲ ਲਗਾਉਣ ਆਉਂਦੇ ਨੇ ਰੋਜ਼ਾਨਾ ਤੁਹਾਨੂੰ ਦੱਸਦੇ ਹੋਣਗੇ ਜਿ ਜਿਹੜੇ ਵਾਲ ਚਿੱਟੇ ਹੋ ਰਹੇ ਨੇ ਕਿਸੇ ਦੇ ਵਾਲ ਝੜ ਰਹੇ ਨੇ ਕਿਸੇ ਦੇ ਵਾਲਾਂ ਦੀ ਗ੍ਰੋਥ ਘਟ ਹੋ ਚੁੱਕੀ ਹੈ ਤੇ ਕਈ ਲੇਡੀਸ ਇਹ ਵਿੱਚ ਬਾਲਾਂ ਨੂੰ ਕੀੜਾ ਲੱਗ ਚੁੱਕਾ ਹੈ ਤੇ ਉਹਨਾਂ ਦੀ ਬਾਲਾਂ ਦੀ ਗਰੋਥ ਬਿਲਕੁਲ ਸਟاپ ਹੋ ਚੁੱਕੀ ਹੈ। ਟਿੱਡੇ ਵਾਲ ਵੀ ਆਉਣ ਲੱਗ ਗਏ ਸੀਗੇ ਤੇ ਹੁਣ ਕਾਫੀ ਘਟ ਗਏ ਆ ਤੇ ਹਾਂਜੀ ਹੁਣ ਬਾਲਾਂ ਦੀ ਗਰੋਥ ਵੀ ਬਹੁਤ ਹੋ ਗਈ ਆ। ਉਹ ਤਾਂ ਖਾਸੇ ਲੰਮੇ ਲੱਗਦੇ ਨੇ ਵਾਲ ਤੁਸੀਂ ਮੂਰ ਨੂੰ ਕੱਢੀ ਬੈਠੇ ਹੋ ਵਾਲ? ਹਾਂਜੀ। ਮੇਰੇ ਵਾਲ ਬਹੁਤ ਔੜਦੇ ਸੀ। ਅੱਛਾ। ਹਾਂਜੀ। ਤੇ ਫਿਰ ਹੁਣ ਰੁੱਕ ਗਏ? ਹਾਂਜੀ। ਅੱਗੇ ਨਾਲ ਕਾਫੀ ਗਰੋਥ ਵੀ ਹੋ ਗਈ ਆ। ਵਾਲਾਂ ਨੂੰ ਲੈ ਕੇ ਜਿਹੜੇ ਲੋਕ ਪਰੇਸ਼ਾਨ ਨੇ ਬਹੁਤ ਸਾਰੀ ਜਿਹੜੇ ਤੁਹਾਨੂੰ ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਲੋਕ ਦੇਖ ਰਹੇ ਨੇ ਉਹਨਾਂ ਨੂੰ ਕੀ ਕਹੋਗੇ ਕਿ ਦਵਾਈਆਂ ਨਾ ਖਾਣ ਕਿਉਂਕਿ ਮੈਂ ਵੀ ਬਹੁਤ ਖਾਧੀਆਂ ਮੇਰੇ ਵਾਲ ਬਹੁਤ ਟੁੱਟਦੇ ਸੀ ਬਿਲਕੁਲ ਫਰਕ ਨਹੀਂ ਪਿਆ ਇਸ ਲਈ ਮੈਂ ਇੱਕ ਵਾਰੀ ਮੈਡੀਕਲ ਤੇ ਗਈ ਸੀ ਉੱਥੇ ਮੈਨੂੰ ਉਹਨਾਂ ਨੇ ਰეკਮੈਂਡ ਕੀਤਾ ਸੀ ਕਿ ਰਿਜ਼ਲਟ ਹੈ ਇਸ ਤੇਲ ਦੇ ਕਿ ਵਰਤ ਕੇ ਦੇਖੋ ਫ੍ਰੀ ਆਪਾਂ ਲੋਕਾਂ ਦੀ ਸੇਵਾ ਕਰਦੇ ਆਂ ਅਗਰ ਕਿਸੇ ਕੋਲ ਟਾਈਮ ਨਹੀਂ ਹੈਗਾ ਜਾਂ ਪੈਸੇ ਨਹੀਂ ਦੇ ਸਕਦਾ ਜਾਂ ਕੋਈ ਬੰਦਾ ਆਪਣਾ ਰਿਜ਼ਲਟ ਦੇਖਣਾ ਚਾਹਣਾ ਸਾਡੇ ਤੇਲ ਦਾ ਠੀਕ ਹੈ ਜੀ ਉਹ ਇੱਥੇ ਆ ਸਕਦਾ ਸਾਡੇ ਕੋਲ ਇੱਥੇ ਆ ਕੇ ਰਿਜ਼ਲਟ ਦੇਖਣ ਦੇ ਲਈ ਦੋ ਦਿਨ ਚਾਰ ਦਿਨ ਆਪਣਾ ਲਗਵਾਵੇ ਠੀਕ ਹੈ 30 ਕਿੰਟਾਂ ਚ ਜੀ ਜਿਹੜੀ ਸਿਕਰੀਆ ਵਾਲਾਂ ਦੀ ਉਹ ਚੱਕ ਦਿੰਦੇ ਜਿਹਨੂੰ ਰੂਸੀ ਕਹਿੰਦੇ ਨੇ ਤੇ ਇਦਾਂ ਦਾ ਕੁਝ ਹੈ ਨਹੀਂ ਕੋਈ ਚੀ ਨਹੀਂ ਆਇਆ ਤਾਂ ਸਾਈਡ ਇਫੈਕਟ ਵਾਲੀਆਂ ਚੀਜ਼ਾਂ ਐ ਸਾਰੀਆਂ ਬੱਚਿਆਂ ਤੇ ਇਹ ਚੀਜ਼ਾਂ ਦਾ ਜਿਆਦਾ ਜਿਆਦਾ ਅਸਰ ਹੁੰਦਾ ਉਹਨਾਂ ਦੇ ਬ੍ਰੇਨ ਤੇ ਅਸਰ ਹੁੰਦਾ ਹੈ ਇਹਨਾਂ ਚੀਜ਼ਾਂ ਦਾ ਇਹ ਬਿਲਕੁਲ ਵੀ ਯੂਜ਼ ਨਹੀਂ ਕਰਨੇ ਚਾਹੀਦੇ ਸਲਾਬ ਨਮਸਤੇ ਸਤਿ ਸ਼ਕਾਲ ਹਕੀਕੀ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਕਾਸਿਫ ਫਾਰੂਕੀ ਵਾਲਾਂ ਦੀ ਸਮੱਸਿਆ ਇੰਨੇ ਦਿਨੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੈ ਜਿਹੜੀ ਉਹ ਵੱਧ ਚੁੱਕੀ ਹੈ ਚਾਹੇ ਮੁੰਡੇ ਕੁੜੀਆਂ ਹੋਣ ਨਵੀਂ ਪੀੜੀ ਦੇ ਚਾਹੇ ਬਜ਼ੁਰਗ ਹੋਣ ਯਾ ਫਿਰ ਅਦਖੜ ਉਮਰ ਦੇ ਲੋਕ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਉਹ ਤਸਵੀਰਾਂ ਨੇ ਇੱਥੇ ਆ ਕੇ ਬਹੁਤ ਸਾਰੇ ਲੋਕਾਂ ਦੇ ਜਿਹੜੇ हेयर ਟ੍ਰਾਂਸਪਲੈਂਟ ਕਰਵਾਉਣ ਤੋਂ ਬਚੇ ਨੇ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਦਿੰਦੇ ਆ ਨਵੇਂ ਸ਼ਹਿਰ ਦੀਆਂ ਇਹ ਤਸਵੀਰਾਂ ਨੇ ਦੱਸਾਂਗੇ ਕਿ ਕਿਹੜੇ ਥਾਂ ਦੀਆਂ ਨੇ ਪਹਿਲਾਂ ਭਾਈ ਸਾਹਿਬ ਨੂੰ ਪੁੱਛਦੇ ਆ ਇਹ ਕੀ ਕਰਨ ਲੱਗੇ ਹੋ ਜੀ ਤੁਸੀਂ ਹਾਂਜੀ ਸਰ ਮੈਂ ਇੱਥੇ ਮਤਲਬ ਸੇਵਾ ਕਰਦਾ ਜੀ ਜਦੋਂ ਵੀ ਮੇਰੇ ਤੋਂ ਟਾਈਮ ਹੁੰਦਾ ਮੈਂ ਇੱਥੇ ਸੇਵਾ ਕਰਨ ਆ ਜਾਂਦਾ ਮੈਂ ਮੇਰਾ ਆਪਣਾ ਹੇਅਰ ਸਲੂਨ ਆ ਮੇਰਾ ਨਾਮ ਦਲਜੀਤ ਸਿੰਘ ਆ ਪਿੰਡ ਪੁੱਲੀਚੀ ਆ ਮੇਰਾ ਉੱਥੇ ਹੇਅਰ ਸਲੂਨ ਆ ਜੁਨੀਸੈਕਸ ਸਲੂਨ ਤੇ ਕਈਆਂ ਦੇ ਮਤਲਬ ਨਾ ਮੇਰੇ ਕੋਲ ਜਿਹੜੇ ਕਸਟਮਰ ਆਉਂਦੇ ਆ ਉਹਨਾਂ ਦੇ ਕਾਫੀ ਉਹਨਾਂ ਦੇ ਹੱਦ ਤੱਕ ਵਾਲ ਖਰਾਬ ਹੋਏ ਹੁੰਦੇ ਆ ਜਿੱਦਾਂ ਇਹ ਮਤਲਬ ਉਹਨਾਂ ਰੌਂਡਿੰਗ ਕਰਵਾਈ ਹੁੰਦੀ ਆ ਤੇ ਉਹਨਾਂ ਦੇ ਵਾਲ ਖਰਾਬ ਹੋ ਚੁੱਕੇ ਹੁੰਦੇ ਉਹ ਦੁਬਾਰਾ ਮਤਲਬ ਆਪਣੇ ਵਾਲਾਂ ਦਾ ਟ੍ਰੀਟਮੈਂਟ ਲੈਣਾ ਜਾਂਦੇ ਆ ਤੇ ਫਿਰ ਮੈਂ ਉਹਨਾਂ ਨੂੰ ਇਹ ਸਲਾਹ ਦਿੰਦਾ ਕਿ ਯੂਜ਼ ਕਰੋ ਤੁਸੀਂ ਤੇ ਤੁਹਾਡੇ ਵਾਲਾਂ ਦਾ ਮਤਲਬ ਮੈਂ ਬਾਅਦ ਵਿੱਚ ਰੌਂਡ ਤਹਾਡੇ ਮਤਲਬ ਇਹ ਸਾਨੂੰ ਯੂਜ਼ ਕਰਨ ਨੂੰ ਗਰੋਅ ਅਪ ਦਾ ਆਇਲ ਦਊਗਾ ਤੇ ਇੱਥੇ ਕੀ ਕਰਦੇ ਹੋ ਤੁਸੀਂ ਇੱਥੇ ਫਿਰ ਸਰ ਇਹ ਜਿੱਦਾਂ ਮਤਲਬ ਇਹਨਾਂ ਦੇ ਵਾਲ ਬਹੁਤ ਝੜਦੇ ਸੀਗੇ ਬਹੁਤ ਮਤਲਬ ਬਿਰਲੇ ਹੋ ਗਏ ਸੀਗੇ ਤੇ ਹੁਣ ਤੁਸੀਂ ਆਪ ਦੇਖ ਸਕਦੇ ਆ ਸਰ ਕਿੰਨਾ ਮਤਲਬ ਇਹਦੇ ਆਇਲ ਦਾ ਬੈਨੀਫਿਟ ਹੋਇਆ ਵੈਸੇ ਵੀ ਰਿਵੌਂਡਿੰਗ ਦੇ ਕਹਿੰਦੇ ਨੇ ਬੜੇ ਕੈਮੀਕਲ ਲੱਗੇ ਹੁੰਦੇ ਨੇ ਉਹ ਤਾਂ ਤੁਹਾਨੂੰ ਨੁਕਸਾਨ ਹੀ ਬੜਾ ਹੈ ਤੁਸੀਂ ਰੋਕਦੇ ਨਹੀਂ ਹੈਗੇ ਮੁੰਡੇ ਕੁੜੀਆਂ ਨੂੰ ਹਾਂਜੀ ਹਾਂਜੀ ਬਿਲਕੁਲ ਮੈਂ ਤੁਹਾਨੂੰ ਉਹੀ ਦੱਸ ਰਿਹਾ ਨਾ ਵੀ ਉਹ ਚੀਜ਼ ਨੂੰ ਅਸੀਂ ਰੋਕਦੇ ਆ ਤਾਂ ਹੀ ਉਹਨਾਂ ਨੂੰ ਮੈਂ ਪਹਿਲਾਂ ਕਹਿੰਦਾ ਹੁੰਦਾ ਕਿ ਤੁਸੀਂ ਇਹ ਆਇਲ ਯੂਜ਼ ਕਰੋ ਮੈਂ ਤੁਹਾਡੀ ਪਹਿਲਾਂ ਰ オイル ਦਿਨ ਆ ਯੂਜ਼ ਕਰਨ ਨੂੰ ਪਹਿਲਾਂ ਇਹ ਯੂਜ਼ ਕਰੋ ਉਸ ਤੋਂ ਬਾਅਦ ਤੁਹਾਡਾ ਬੈਨੀਫਿਟ ਆ ਤੇ ਮੈਂ ਤਾਂ ਕਰਕੇ ਪਹਿਲਾਂ ਇਹオイル ਦੀ ਉਹਨਾਂ ਨੂੰ ਦਿਨਾ ਹੈ ਮਤਲਬ ਕਿ ਤੁਸੀਂ ਯੂਜ਼ ਕਰੋ ਆਇਲ ਦਾ ਤੁਹਾਡੇ ਸਾਹਮਣੇ ਰਿਜ਼ਲਟ ਆ ਆ ਮੈਂ ਤੁਹਾਡੇ ਸਾਹਮਣੇ ਮ사ਜ ਕਰ ਰਿਹਾ ਹਾਂ ਭਾਈ ਹੁਣ ਵਾਲ ਤੇ ਤੁਹਾਡੇ ਵੀ ਖਾਸ ਛੜੇ ਹੋਏ ਨੇ ਹਾਂਜੀ ਹਾਂ ਸਰ ਮੈਂ ਵੀ ਯੂਜ਼ ਕੀਤਾ ਪਹਿਲਾਂ ਮੈਂ ਆਪਣੇ ਤੇ ਪ੍ਰੈਕਟੀਕਲ ਕਰਦਾ ਹੁੰਦਾ ਮੈਂ ਬਾਅਦ ਵਿੱਚ ਕਸਟਮਰ ਨੂੰ ਦਿੰਦਾ ਠੀਕ ਹੈ ਥੋੜਾ ਕਹਿੰਦਾ ਮਤਲਬ ਇਸ ਵੀ ਤੁਹਾਡੇ ਪਹਿਲਾਂ ਜ਼ਿਆਦਾ ਗੱਲ ਵੱਡਾ ਗੰਜ ਸੀ ਹਾਂਜੀ ਜਿੱਦਾਂ ਕਿ ਮਤਲਬ ਨੇ ਪਹਿਲਾਂ ਮੈਂ ਵੀ ਰਿਵੌਂਡਿੰਗ ਕੀਤੇ ਸੀ ਕਿ ਵਾਲ ਬਾਲ ਛੜਦੇ ਸੀ ਟੁੱਟ ਜਾਂਦੇ ਸੀ ਮਤਲਬ ਆ ਤੁਹਾਡੇ ਸਾਹਮਣੇ ਮੇਰੇ ਕਿੰਨੀ ਬਿਰਲ ਪਈ ਹੋਈ ਆ ਇਹ ਮੈਂ ਪਹਿਲਾਂ ਮੇਰੇ ਗੰਜਾਵਨ ਸੀਗਾ ਜੀ ਇੱਥੇ ਦੇਖ ਲਓ ਆ ਤੁਹਾਡੇ ਸਾਹਮਣੇ ਆ ਤੇ ਹੁਣ ਦੇਖ ਲਓ ਤੁਹਾਡੇ ਸਾਹ ਦਾ ਰਿਜਲਟ ਬਣ ਰਿਹਾ ਮੈਨੂੰ ਜੀ ਜੀ ਹਾਂਜੀ ਬਾਕੀ ਸਭ ਉਹਨਾਂ ਦੇ ਮੈਂ ਕਰ ਰਿਹਾ ਹਾਂ ਇਹ ਹਾਂਜੀ ਹਾਂਜੀ ਕਿੰਨਾ ਜੀ ਤੁਹਾਡਾ ਤਰਵਿੰਦਰ ਸਿੰਘ ਆ ਜੀ ਤੁਸੀਂ ਇੱਥੇ ਮੁਫਤ ਦੇ ਵਿੱਚ ਜਿਹੜਾ ਮ사ਜ ਕਰਵਾ ਰਹੇ ਹੋ ਰੋਜ਼ ਆਉਂਦੇ ਹੋ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆਉਂਦਿਆਂ ਨੂੰ ਮੈਂ ਤਾਂ ਬਹੁਤ ਟਾਈਮ ਹੋ ਗਿਆ ਜੀ ਅੱਛਾ ਹਾਂਜੀ ਹਾਂਜੀ ਤੇ ਤੇਲ ਲੈ ਕੇ ਨਹੀਂ ਗਏ ਤੁਸੀਂ ਫ੍ਰੀਜ ਮ사ਜ ਕਰਾਉਂਦੇ ਰਹੇ ਨਹੀਂ ਨਹੀਂ ਤੇਲ ਵੀ ਲੈ ਕੇ ਜਾਂਦੇ ਆ ਜੀ ਘਰ ਵੀ ਗਏ ਤੇ ਮੌਕਾ ਮਿਲਦਾ ਤਾਂ ਘਰ ਵੀ ਕਰ ਲਈਦੀ ਆ ਜੀ ਅੱਛਾ ਅੱਛਾ ਕਿਤੇ ਫ੍ਰੀ ਟਾਈਮ 'ਚ ਕੀ ਪ੍ਰੋਬਲਮ ਕੀ ਸੀ ਤੁਹਾਨੂੰ ਵਾਲ ਬਹੁਤ ਝੜਦੇ ਸੀਗੇ ਜੀ ਅੱਛਾ ਹਾਂਜੀ ਹਾਂਜੀ ਤੁਹਾਡੇ ਵਾਲ ਤਾਂ ਹੁਣ ਵੀ ਸਫੈਦ ਨੇ ਖਾਸੇ ਇਹ ਤਾਂ ਚਲੋ 50 ਪਲੱਸ ਐਜ ਹੋ ਗਈ ਹੈ ਜੀ ਹੁਣ ਤਾਂ ਥੋੜੇ ਹੋਣਾ ਹੀ ਆ ਜੀ ਹੂੰ ਹੂੰ ਤੇ ਵੈਸੇ ਵਾਲ ਝੜਦੇ ਬਹੁਤ ਸੀਗੇ ਜਦੋਂ ਤੇਲ ਯੂਜ਼ ਕਰਦਾ ਆ ਹੂੰ ਹੂੰ ਵਧੀਆ ਰਿਜ਼ਲਟ ਹੈਗਾ ਆ ਬੰਦ ਹੋ ਗਿਆ ਚੰਨ ਤੋਂ ਜੀ ਸੋ ਇਹ ਤਸਵੀਰਾਂ ਨੇ ਜਿਹੜੇ ਲੋਕ ਇੱਥੇ ਬੈਠੇ ਨੇ ਕੁਛਕ ਦਿਖਾਉਣਾ ਆਏ ਨੇ ਆਪਣੇ ਕੁਛਕ ਨੂੰ ਇੱਥੇ ਫਾਇਦਾ ਹੋਇਆ ਹੈ ਗੱਲਬਾਤ ਜਿਹੜੀ ਸਾਡੀ ਹੋਈ ਹੈ ਇਹ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਲਾਈਵ ਤਸਵੀਰਾਂ ਨੇ ਔਰ ਕੁਛਕ ਫਾਰਮੂਲਾ ਹੈਗਾ ਜਿਹੜਾ ਇੱਥੇ ਉਹ ਬਣਾਇਆ ਹੋਇਆ ਪਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਉਹ ਫਾਰਮੂਲਾ ਹੈ ਜਿਸ ਦੇ ذریعے ਇਹ ਜਿਹੜਾ ਤੇਲ ਹੈਗਾ ਜਿਸ ਦੇ ذریعے ਬਣਾਇਆ ਜਾਂਦਾ ਹੈ ਜਿਹੜੇ ਇਨਗਰੀਡੀਅੰਟਸ ਨੇ ਇਹਦੇ ਵਿੱਚ ਪਾਏ ਜਾਂਦੇ ਨੇ ਕੁਛਕ ਹੋਰ ਵੀ ਇੱਥੇ ਅ ਵੱਡੀ ਉਮਰ ਦੇ ਲੋਕ ਹੈਗੇ ਉਹਨਾਂ ਨਾਲ ਗੱਲਬਾਤ ਕਰਦੇ ਕੀ ਨਾ ਜੀ ਤੁਹਾਡਾ ਜਨਰਲ ਸਿੰਘ ਸਰ ਜੀ ਅੱਛਾ ਜਨਰਲ ਜੀ ਤੁਸੀਂ ਕਿੱਥੋਂ ਆਏ ਮੈਂ ਪਿੰਡ ਸਾਦੜਾ ਤੋਂ ਆਇਆ ਸਰ ਜੀ ਅੱਛਾ ਸਾਦੜਾ ਤੋਂ ਆਏ ਇੱਥੇ ਕੀ ਕਰਨਾ ਹੈ ਇੱਥੇ ਮੈਂ ਤੇਲ ਦਾ ਰਿਜ਼ਲਟ ਦੇਖਿਆ ਇਹਨਾਂ ਦਾ ਮੈਡੀਕਲ ਸਟੋਰ ਤੇ ਮੈਂ ਗਿਆ ਸੀ 2 ਮਹੀਨੇ ਪਹਿਲਾਂ ਅੱਛਾ ਜੀ ਤੇ ਸਾਡੀ ਬੱਚੀ ਹੈਗੀ ਹੈ ਮੇਰੀ ਪੋਤੀ 14 12 ਸਾਲ ਦੀ ਹੈਗੀ ਤਕਰੀਬਨ ਤੇ ਉਹਦੇ ਇਦਾਂ ਹੀ ਵਾਲ ਜਾ ਝੜਨੇ ਤਾਂ ਮਤਲਬ ਗੰਗੇ ਦੇ ਵਿੱਚ ਗੁੱਛੇ ਬਣ ਕੇ ਆਣੇ ਸਰ ਜੀ ਫਿਰ ਮੈਂ ਕਰਦੇ ਨੂੰ ਕਿ ਮੈਂ ਇਹਨੂੰ ਕੋਈ ਨਾ ਕੋਈ ਤੇਲ ਲਿਆ ਕੇ ਦਿੰਦਾ ਤਾਂ ਮੈਡੀਕਲ ਸਟੋਰ ਤੇ ਜਾ ਕੇ ਦੇਖਿਆ ਤਾਂ ਮੈਂ ਉਹਨਾਂ ਨੂੰ ਕ ਆ ਲੈ ਜਾ ਸ਼ੀਸ਼ੀ ਤੇ ਜਦੋਂ ਉਹ ਸ਼ੀਸ਼ੀ ਲਿਆ ਕੇ ਲਾਣੀ ਸ਼ੁਰੂ ਕੀਤੀ ਤੇ ਕਿਨ ਡੇਢ ਮਹੀਨਾ ਹੋ ਗਿਆ ਜੀ ਲਾਦਿਆਂ ਨੂੰ ਤੇ ਬਾਲਾਂ ਦਾ ਝੜਨਾ ਜਿਹੜਾ ਹੌਲੀ ਹੌਲੀ ਥੋੜਾ ਬਹੁਤ ਜਾਨੀ ਜ਼ਿਆਦਾ ਫਰਕ ਪੈ ਗਿਆ ਤੇ ਫਿਰ ਮੈਂ ਜੀ ਉਹ ਰੈਪਰ ਦੇਖ ਕੇ ਨਾ ਮਤਲਬ ਫੋਨ ਕੀਤਾ ਮਤਲਬ ਡੱਬੀ ਤੇ ਭਈ ਜਦੋਂ ਇੱਥੇ ਬੋਲਿਆ ਕਹਿੰਦੇ ਵੀ ਸਾਡੀ ਇੱਦਾਂ ਇੱਦਾਂ ਕਰਕੇ ਉੱਥੇ ਇੰਡਸਟਰੀ ਫੈਕਟਰੀ ਹੈਗੀ ਐ ਤੇ ਮਤਲਬ ਉੱਥੇ ਤੁਸੀਂ ਆਓ ਤੇ ਤੁਹਾਨੂੰ ਮੈਂ ਕਿਹਾ ਚਲ ਦੋ ਸ਼ੀਸ਼ੀਆਂ ਵੇ ਹੋਰ ਲਿਆ ਕੇ ਬੇਟੀ ਨੂੰ ਦੇਮਾ ਕਿਹੜਾ ਕਿਹੜੀ ਥਾਂ ਹੈ ਜੀ ਇਹ ਸੜਾਵਾ ਪਿੰਡ ਪੈਂਦਾ ਜੀ ਇਹ ਕਿੱਥੇ ਹੈ ਇਹ ਤਕਰੀਬਨ ਨਮਾ ਸ਼ਹਿਰ ਚ ਹੈਗਾ ਤੇ ਜਾੜਲੇ ਦੇ ਨੇੜੇ ਹੈ ਜੀ 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 ਤੇ ਫਿਰ ਡਾਕਟਰ ਸਾਹਿਬ ਨੇ ਤੁਸੀਂ ਆ ਕੇ ਦੱਸਿਆ ਹੋਰ ਇੱਥੇ ਡਾਕਟਰ ਸਾਹਿਬ ਵੀ ਸਾਡੇ ਨਾਲ ਬੈਠੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆਂ ਡਾਕਟਰ ਸਾਹਿਬ ਨੇ ਕੀ ਕਿਹਾ ਡਾਕਟਰ ਸਾਹਿਬ ਕਹਿੰਦਾ ਜੀ ਜੇ ਰਿਜ਼ਲਟ ਵਧੀਆ ਤਾਂ ਮਤਲਬ ਦੋ ਸ਼ੀਸ਼ੀਆਂ ਮੈਂ ਕਿਹਾ ਜੀ ਮੈਨੂੰ ਹੋਰ ਦੇ ਦਿਓ ਫਿਰ ਰਿਜ਼ਲਟ ਬਹੁਤ ਵਧੀਆ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਦਿੰਨੇ ਸਾਡੇ ਨਾਲ ਡਾਕਟਰ ਰਜਿੰਦਰ ਸਿੰਘ ਜੀ ਨੇ ਤੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜੇ ਇੱਥੇ ਕਿੰਨੇ ਕੁ ਮਰੀਜ਼ ਨੇ ਔਰ ਕਿਸ ਤਰੀਕੇ ਨਾਲ ਉਹ ਇੱਥੇ ਇਲਾਜ ਕਰਦੇ ਨੇ ਇਹ ਕੀ ਚੀਜ਼ਾਂ ਨੇ ਜਿਹੜੀ ਉਹਨਾਂ ਨੇ ਰੱਖਿਆ ਹੋਈਆਂ ਨੇ ਡਾਕਟਰ ਸਾਹਿਬ ਤੁਸੀਂ ਇੱਥੇ ਬੈਠੇ ਹੋ ਆਸਣ ਤੁਸੀਂ ਇੱਥੇ ਲਾਇਆ ਅਸਣ ਅਸੀਂ ਮੈਂ ਨਮਸ਼ਰ ਜੌਬ ਕਰਦਾ ਹਾਂ ਆਪਣੀ ਜੌਬ ਕਰਨ ਤੋਂ ਬਾਅਦ ਕੁਝ ਘੰਟਾ ਡੇਢ ਘੰਟਾ ਮੈਨੂੰ ਮਿਲਦਾ ਹੈ ਕਿ ਜਿਹੜਾ ਲੋਕਾਂ ਦੀ ਸੇਵਾ ਕਰਨ ਵਾਸਤੇ ਟਾਈਮ ਮਿਲਦਾ ਹੈ ਤੇ ਜਿਹੜੀ ਇਹ ਸਨਾਵਾ ਦੇ ਵਿੱਚ ਗਰੂਪ ਦੀ ਹੈਗੀ ਕੰਪਨੀ ਇੱਥੇ ਮੈਂ ਆ ਕੇ ਕੈਂਡੀਡੇਟ ਘੰਟਾ ਲੋਕਾਂ ਦੀ ਜਨਤਾ ਦੀ ਸੇਵਾ ਕਰਦਾ ਹਾਂ ਕਿਉਂਕਿ ਇਹ ਮੈਂ ਕਾਫੀ ਘੁੰਮ ਸਰ ਕੇ ਦੇਖਦਾ ਆ ਕਿ ਜਿਹੜੇ ਜਵਾਨ ਲੜਕੇ ਲੜਕੀਆਂ ਹੈਗੇ ਆ ਜਾਂ ਛੋਟੀ ਉਮਰ ਦੇ ਲੜਕੇ ਹੈਗੇ ਉਹਨਾਂ ਦੇ ਕਾਫੀ ਬਾਲਾਂ ਦੀ ਸਮੱਸਿਆ ਹੈਗੀ ਆ ਈਵਨ ਕਿ ਮੇਰੇ ਆਪਣੇ ਬਾਲਾਂ ਦੀ ਕਾਫੀ ਸਮੱਸਿਆ ਸੀ ਮੈਂ 2 ਮਹੀਨੇ ਪਹਿਲਾਂ ਜੇ ਤੁਸੀਂ ਮੈਨੂੰ ਦੇਖਦੇ ਤਾਂ ਅੱਛਾ ਮੇਰੇ ਇੱਥੇ ਗੰਜ ਸੀ ਕਾਫੀ ਵੱਡੀ ਇਹ ਤੇ ਦਾੜੀ ਤੇ ਹਜੇ ਵੀ ਤੁਹਾਨੂੰ ਲੱਗਦਾ ਕਿ ਬੱਗੀ ਬੱਗੀ ਝਾਕਦੀ ਹੈ ਵਿੱਚੋਂ ਬੱਗੀ ਬੱਗੀ ਹੁਣੇ ਝਾਕਣ ਲੱਗੀ ਪਹਿਲਾਂ ਚਿੱਟੀ ਝਾਕਦੀ ਸੀ ਜੀ ਅੱਛਾ ਕਿਉਂਕਿ ਮੈਂ ਪਿਛਲੇ 2 ਮਹੀਨੇ ਤੋਂ ਗਰੋ ਅਪ ਤੇਲ ਦੀ ਕਾਫੀ ਇਸਤੇਮਾਲ ਕਰਤਾ ਮੈਨੂੰ ਵਿਜੇ ਭਾਜੀ ਹੁਣੀ ਜਿਹੜੇ ਮਲਕੇ ਤਿਆਰ ਕਰਦੇ ਹੈਗੇ ਆ ਉਹਨਾਂ ਨਾਲ ਮੇਰਾ ਅੱਛਾ ਪਿਆਰ ਸੀ ਉਹਨਾਂ ਨੇ ਮੇਰੇ ਨਾਲ ਦੇਖਿਆ ਤੇ ਉਹਨਾਂ ਨੇ ਕਹਿੰਦੇ ਯਾਰ ਸਾਡਾ ਤੇਲ ਵਰਤ ਕੇ ਦੇਖ ਇੱਕ ਵਾਰੀ ਮੈਂ ਕਿਹਾ ਚਲੋ ਵਰਤ ਕੇ ਦੇਖ ਲੈਣੇ ਆ ਜੇ ਫ੍ਰੀਜ ਚ ਕੋਈ ਚੀਜ਼ ਮਿਲਦੀ ਵਰਤ ਲੈਣੀ ਚਾਹੀਦੀ ਹੈਗੀ ਆ ਅੱਛਾ ਇੱਥੇ ਵੀ ਤੁਸੀਂ ਫ੍ਰੀਜ ਚ ਸੇਵਾ ਕਰਦੇ ਹੋ ਬਿਲਕੁਲ ਫ੍ਰੀ ਸੇਵਾ ਕਰਦਾ ਜੀ ਕਿਉਂਕਿ ਮੈਨੂੰ ਇਹ ਸੇਵਾ ਇਸ ਤਰ੍ਹਾਂ ਹੈਗੀ ਕਿ ਪ੍ਰਮਾਤਮਾ ਦਿੱਤਾ ਸਭ ਕੁਝ ਹੈਗਾ ਹੈ ਅੱਛੀ ਮੇਰੀ ਜੌਬ ਹੈਗੀ ਇਹ ਸਭ ਕੁਝ ਅੱਛਾ ਹੈਗਾ ਹੈ ਤੇ انسان ਨੂੰ ਸਮਾਜ ਲਈ ਜਾਂ ਗਰੀਬ ਜਨਤਾ ਲਈ ਕੁਛ ਨਾ ਕੁਛ ਆਪਣਾ ਸਮਾਂ ਕੱਢਣਾ ਚਾਹੀਦਾ ਆ ਇੱਥੇ ਵਿਜੇ ਭਾਜੀ ਹੁਣਾਂ ਕਰਕੇ ਇੱਥੇ ਘੰਟਾ ਡੇਡ ਘੰਟਾ ਕਿਉਂਕਿ ਇੱਥੇ ਕਾਫੀ ਲੋਕ ਹੈਗੇ ਆ ਜਿਹੜੇ ਜਿਹੜਾ ਤੇਲ ਮਾਰਕੀਟ ਚੋਂ ਨਹੀਂ ਲੈ ਸਕਦੇ ਹੈਗੇ ਆ ਅਸੀਂ ਫ੍ਰੀ ਉਹਨਾਂ ਦੇ ਤੇਲ ਇੱਥੇ ਲਾ ਕੇ ਉਹਨਾਂ ਨੂੰ ਭੇਜੀਦਾ ਹੈਗਾ ਫ੍ਰੀ ਤੇਲ ਲਾਈਦਾ ਹੈਗਾ ਇੱਥੇ ਮਤਲਬ ਤੁਸੀਂ ਮੁਫਤ ਦੇ ਵਿੱਚ ਜਿਹੜਾ ਇੱਥੇ ਟ੍ਰੀਟਮੈਂਟ ਦਿੰਨੇ ਹੋ ਬਿਲਕੁਲ ਜੇ ਲੱਗਦਾ ਕੋਈ ਬੰਦਾ ਕਿ ਅਫੋਰਡੇਬਿਲਟੀ ਨਹੀਂ ਹੈਗੀ ਆ ਕੋਈ ਮਾਰਕੀਟ ਦੇ ਵਿੱਚੋਂ 5-600 ਰੁਪਏ ਲੈ ਕੇ ਨਹੀਂ ਸ਼ੀਸ਼ੀ ਲਾਉਂਦੇ ਦਿੱਲੀ ਆ ਕੇ ਇੱਥੇ ਲਵਾ ਸਕਦਾ ਹੈ ਤੇਲ ਸਾਡਾ ਇੱਥੇ ਹੈਗਾ ਅਸੀਂ ਮੁੰਡਾ ਸਾਡੇ ਕੋਈ ਹੈਗਾ ਚਲੋ ਵੀ ਸੇਵਾ ਕਰਨਾ ਆਉਂਦਾ ਹੈਗਾ ਇੱਥੇ ਅਸੀਂ ਫ੍ਰੀ ਉਹ ਉਸ ਦਿਨ ਦਾ ਤੇਲ ਲਾਈਦਾ ਅਗਲੇ ਦਿਨ ਫਿਰ ਆ ਕੇ ਲੋਕ ਲਵਾ ਲੈਂਦੇ ਆ ਕਈ ਵਾਰ ਨਹੀਂ ਮਾਰਕੀਟ ਚ ਕੋ ਬੰਦਾ ਇੰਨੇ ਪੈਸੇ ਖਰਚ ਕੇ ਲੈ ਸਕਦਾ ਹੈਗਾ ਡਾਕਟਰ ਸਾਹਿਬ ਜਿਹੜੀ ਵਾਲ ਚੜਨ ਦੀ ਸਮੱਸਿਆ ਹੈਗੀ ਹੈ ਇਹਨੇ ਦਿਨੀ ਪੰਜਾਬ ਦੇ ਵਿੱਚ ਕੌੜੀ ਵੇਲ ਵਾਂਗ ਵੱਧ ਰਹੀ ਹੈ ਉਹਦੇ ਪਿੱਛੇ ਕੀ ਕਾਰਨ ਤੁਸੀਂ ਮੰਨਦੇ ਹੋ ਮੇਨ ਕਾਰਨ ਕੀ ਮੰਨਦੇ ਹੋ ਮੇਨ ਕਾਰਨ ਤਾਂ ਕਈ ਤਰ੍ਹਾਂ ਦੇ ਕੈਮੀਕਲ ਜੁਗਤ ਜਿਹੜੀਆਂ ਬਾਲਾਂ ਦੇ ਵਿੱਚ ਲੋਕ ਯੂਜ਼ ਕਰਦੇ ਆ ਕਈ ਤਰ੍ਹਾਂ ਦੇ ਤੇਲ ਕੈਮੀਕਲ ਦੇ ਹੈਗੇ ਆ ਕਈ ਤਰ੍ਹਾਂ ਦੇ ਸੋਪ ਕੈਮੀਕਲ ਦੇ ਹੈਗੇ ਆ ਤੁਸੀਂ ਇਹ ਦੇਖ ਲਓ ਕਿ ਕੋਈ ਜਿਹੜੀ ਵਧੀਆ ਚੀਜ਼ ਹੈਗੀ ਆ ਮਾਰਕੀਟ ਦੇ ਵਿੱਚ ਇੱਕ ਸਟੈਂਡਰਡ ਦੀ ਕੋਈ ਚੀਜ਼ ਹੈਗੀ ਆ ਉਹਦਾ ਪ੍ਰਾਈਸ ਕੀ ਹੈਗਾ ਆ ਇੱਕ 10-10 60-80 ਦੇ ਜਿਹੜੇ ਸਾਬਣ ਮਿਲਦੇ ਹੈਗੇ ਆ ਕਿਉਂਕਿ ਸਾਡੇ ਸਮਾਜ ਦਾ ਤਾਣਾ ਬਾਣਾ ਸਾਡੇ ਸਿਸਟਮ ਇਦਾਂ ਦਾ ਹੋ ਗਿਆ ਤੇ ਮਹਿੰਗਾਈ ਬਹੁਤ ਹੋ ਗਈ ਆ ਤੇ ਜਿਹੜਾ ਆਮ ਲੋਕ ਹੈਗੇ ਆ ਗਰੀਬ ਘਰਾਂ ਦੇ ਲੋਕ ਹੈਗੇ ਉਹਨਾਂ ਨੂੰ ਮਹਿੰਗਾ ਸਾਬਣ ਲੈਣਾ ਬੜਾ ਔਖਾ ਆ ਉਹ ਫੇਰ ਹਲਕਾ ਤੇਲ ਜਾਂ ਹਲਕਾ ਸਾਬਣ ਲੈ ਕੇ ਵਰਤਦੇ ਹੈਗੇ ਉਹ ਕੈਮੀਕਲ ਯੋਗਤ ਹੁੰਦੇ ਆ ਉਹਦੇ ਨਾਲ ਵਾਲਾਂ ਦੀ ਜੜ ਜਿਹੜੀ ਕਾਫੀ ਪਤਲੀ ਹੋ ਜਾਂਦੀ ਆ ਜੜ ਹਲਕੀ ਹੋ ਜਾਂਦੀ ਆ ਜਿਹੜੀ ਮਸਲ ਦੀ ਉਹ ਵਾਲ ਨੂੰ ਫੜਨ ਦੀ ਜਿਹੜੀ ਸ਼ਕਤੀ ਉਹ ਘਟ ਜਾਂਦੀ ਹੈਗੀ ਕੈਮੀਕਲ ਕਰਕੇ ਕਈਆਂ ਦੇ ਕੈਮੀਕਲ ਕਰਕੇ ਰੂਸੀ ਹੋ ਜਾਂਦੀ ਆ ਉਹਦੇ ਨਾਲ ਜਲਦੀ ਵਾਲ ਝੜਨ ਲੱਪ ਜਾਂਦੇ ਆ ਮੈਂ ਵੀ ਦੇਖਦਾ ਕਿ ਛੋਟੀ ਉਮਰ ਦੇ ਬੱਚਿਆਂ ਦੇ ਕਾਫੀ ਇਹ ਪ੍ਰੋਬਲਮ ਆਦੀ ਪਈ ਹੈਗੀ ਤੇ ਫਿਰ ਜਿਹੜੀ ਤੁਸੀਂ ਇਹ ਜੜੀ ਬੂਟੀਆਂ ਰੱਖਿਆ ਨੇ ਇਹ ਕਿਸ ਵਾਸਤੇ ਰੱਖਿਓ ਹੋਈਆਂ ਨੇ ਤੁਸੀਂ ਦੇਖੋ ਜਿਹੜਾ ਸਾਡਾ ਦੇਸ਼ ਹੈਗਾ ਇਹਨੂੰ ਵੈਸੇ ਮਹਾਪੁਰਸ਼ਾਂ ਦੀ तरीकेਆਂ ਜਾਂਦਾ ਆ ਕਿਉਂਕਿ ਤੁਸੀਂ ਦੇਖਿਆ ਹੋਣਾ ਪਿਛਲੇ 100 ਸਾਲ ਤੋਂ 2 ਸਾਲ ਤੋਂ ਜਿਹੜੇ ਸ਼ਸ਼ੁਕਤ ਹੁਣੀ ਹੁੰਦੇ ਸੀਗੇ ਕਈ ਹੁੰਦੇ ਸੀਗੇ ਜਿੱਦਾਂ ਇੱਕ ਸਰੀਰ ਦਾ ਅੰਗ ਵੜ ਦਿੰਦਾ ਫਿਰ ਜੋੜ ਦਿੰਦਾ ਉਹ ਸਰਜਰੀਆਂ ਹੁੰਦੀਆਂ ਸੀਗੀਆਂ ਸਰਜਰੀ ਜਿਹੜੀ ਦੇਣ ਹੈਗੀ ਅੱਜ ਦੀ ਦੇਣ ਨਹੀਂ ਬਹੁਤ ਪੁਰਾਣੀ ਆਯੁਰਵੈਦਿਕ ਦੀ ਦੇਣ ਹੈਗੀ ਹੈ ਨਾ ਜੀ ਇਸੇ ਤਰ੍ਹਾਂ ਆਯੁਰਵੈਦਿਕ ਦੇ ਵਿੱਚ ਹਰੇਕ ਚੀਜ਼ ਦਾ ਟ੍ਰੀਟਮੈਂਟ ਕੀਤਾ ਜਾਂਦਾ ਸੀ ਕਿਉਂਕਿ ਬਿਮਾਰੀਆਂ ਅੱਜ ਨਹੀਂ ਪਹਿਲਾਂ ਵੀ ਸੀਗੀਆਂ ਤੇ ਉਹਨਾਂ ਦਾ ਲੇਪ ਬਣਾ ਕੇ ਜਾਂ ਉਹਨਾਂ ਦੇ ਤੇਲ ਬਣਾ ਕੇ ਜਿੱਦਾਂ ਤੁਸੀਂ ਪੰਚਕਰਮਾ ਦੇਖਿਆ ਹੋਣਾ ਪੰਚਕਰਮਾ ਦੇ ਵਿੱਚ ਉਹ ਤੇਲ ਨੂੰ ਮੱਥੇ ਤੇ ਸਿਟਕੇ ਜਾਂ ਸਿਰ ਤੇ ਸਿਟਕੇ ਉਹ ਬਿਮਾਰੀ ਦਾ ਇਲਾਜ ਕੀਤਾ ਜਾਂਦਾ ਇਸੇ ਤਰ੍ਹਾਂ ਇਹ ਕੁਝ ਜੜੀ ਬੂਟੀਆਂ ਆਪਣੇ ਕੋਲ ਹੈਗੀਆਂ ਆ ਜਿਹਦਾ ਬ੍ਰਹਮੀ ਹੈਗੀ ਆ ਕਮਰਕਸਾ ਹੈਗਾ ਹੈ ਆਮਲਾ ਹੈਗਾ ਨਿੰਮ ਪੱਤਾ ਹੈਗਾ ਠੀਕ ਹੈ ਜੀ ਜਟਮਾਸੀ ਹੈਗੀ ਆ ਬੇੜਾ ਹੈਗਾ ਜੀ ਮਤਲਬ ਤੁਸੀਂ ਇੱਥੇ ਜਿਹੜਾ ਇਹ ਤੇਲ ਤੁਸੀਂ ਬਣਾਉਨੇ ਹੋ ਤੁਸੀਂ ਲੋਕਾਂ ਨੂੰ ਇਹ ਕਹਿ ਰਹੇ ਹੋ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਇਹ ਚੀਜ਼ਾਂ ਲੈ ਜਾਓ ਬਿਲਕੁਲ ਬਹੁਤ ਸਸਤੀਆਂ ਔਰ ਸੌਖੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਆਰਾਮ ਨਾਲ ਕਿਸੇ ਦੁਕਾਨ ਤੋਂ ਖਰੀਦ ਕੇ ਆਪਾਂ ਘਰ ਦੇ ਵਿੱਚ ਵੀ ਬਣਾ ਕੇ ਆਪਾਂ ਇਸਤੇਮਾਲ ਕਰ ਸਕਦੇ ਹੈਗੀਆਂ ਜੇ ਲੱਗਦਾ ਹੈ ਕਿਸੇ ਕੋਲ ਟਾਈਮ ਨਹੀਂ ਹੈ ਨਹੀਂ ਲਿਆ ਕੇ ਨਹੀਂ ਬਣਾ ਸਕਦਾ ਤੁਸੀਂ ਇੱਥੇ ਵੀ ਸੇਵਾ ਪ੍ਰਬੰਧ ਕਰਾਉਂਦੇ ਇਹ ਇਹਨੂੰ ਇਸਤੇਮਾਲ ਕਿਵੇਂ ਕਰਨਾ ਹੈ ਕਿਵੇਂ ਮਿਕਸਰ ਕਿਵੇਂ ਬਣਾਉਣਾ ਹੈ ਕਿਸ ਤਰੀਕੇ ਦਾ ਫਾਰਮੂਲਾ ਕਿਵੇਂ ਤਿਆਰ ਕਰਨਾ ਹੈ ਇਹ ਜਿਹੜਾ ਫਾਰਮੂਲਾ ਹੈਗਾ ਤਿਆਰ ਕਰਨਾ ਜੀ ਇੱਕ ਤਾਂ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰਦੇ ਹੈਗਾ ਮਿਕਸ ਕਰਕੇ ਦੋ ਤਿੰਨ ਤਰ੍ਹਾਂ ਦੇ ਤੇਲ ਹੈਗੇ ਉਹਦੇ ਵਿੱਚ ਅਸੀਂ ਭੇਕੇ ਰੱਖਦੇ ਹਾਂ ਤਾਂ ਇਹਨਾਂ ਦਾ ਜਿਹੜਾ ਅਰਕ ਤਿਆਰ ਕਰਕੇ ਅਸੀਂ ਲੋਕਾਂ ਨੂੰ ਦਿੰਨੇ ਹੈਗੇ ਯੂਜ਼ ਕਰਨ ਵਾਸਤੇ ਤੇ ਜੇ ਕੋਈ ਤਿਆਰ ਕਰ ਸਕਦਾ ਹੈਗੇ ਇੱਥੇ ਆ ਜਵੇ ਅਸੀਂ ਵਿਧੀ ਵੀ ਦੱਸ ਦਵਾਂਗੇ ਉਹਨਾਂ ਨੂੰ ਜੇ ਕੋਈ ਨਹੀਂ ਤਿਆਰ ਕਰ ਸਕਦਾ ਸਾਡੇ ਕੋਲ ਤਿਆਰ ਕੀਤੇ ਕਰਾਇ ਤੇਲ ਹੁੰਦੇ ਹੋ ਵਰ ਸਕਦਾ ਹੈਗਾ ਜੀ ਜੀ ਤੁਸੀਂ ਜੀ 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 ਤੁਸੀਂ ਆਪਣੇ ਪੇਸ਼ੈਂਟ ਦੇ ਰਹੇ ਤੁਸੀਂ ਟਾਈਮ ਦਿੱਤਾ ਬਹੁਤ ਬਹੁਤ ਸ਼ੁਕਰੀਆ ਤੁਹਾਡੀ ਮੁਲਾਕਾਤ ਹੈ ਵਿਜੀ ਹੋਣਾ ਨਾਲ ਵੀ ਅਸੀਂ ਕਰਵਾ ਦਿੰਨੇ ਆ ਪਰ ਇੱਥੇ ਛੋਟੇ ਛੋਟੀਆਂ ਬੱਚੀਆਂ ਹੈਗੀਆਂ ਨੇ ਜਿਹੜੇ ਇਹਨਾਂ ਦੇ ਵੱਡੇ ਲੰਮੇ ਲੰਮੇ ਵਾਲ ਵੀ ਨੇ ਬੱਚੇ ਛੋਟੇ ਛੋਟੀਆਂ ਨੇ ਵਾਲ ਲੰਮੇ ਲੰਮੇ ਨੇ ਇਹਨਾਂ ਦੀਆਂ ਕਹਾਣੀਆਂ ਤੁਹਾਨੂੰ ਅੱਜ ਦੱਸਦੇ ਆ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਜਿਹੜਾ ਲੰਮੇ-ਲੰਮੇ ਵਾਲ ਜਿਹੜੇ ਇੱਥੇ ਨੇ ਕਿਨਾ ਐਰਜ ਤੁਹਾਡਾ ਦੀਕਸ਼ਾ ਅੱਛਾ ਦੀਕਸ਼ਾ ਤੁਸੀਂ ਇੱਥੇ ਕਿਵੇਂ ਮੈਂ ਆਈ ਸੀ ਕਿਉਂਕਿ ਮੇਰੇ ਵਾਲ ਪਹਿਲਾਂ ਬੜੇ ਝੜਦੇ ਸੀਗੇ ਤੇ ਮੈਨੂੰ ਸੁਜੈਸਟ ਕੀਤਾ ਕਿ ਤੁਸੀਂ ਇਹ ਵਾਲਾ ਆਇਲ ਯੂਜ਼ ਕਰੋ ਤੇ ਮੈਂ ਫਿਰ ਯੂਜ਼ ਕੀਤਾ 2 ਮੰਥਸ ਯੂਜ਼ ਕੀਤਾ ਤੇ ਉਹਦੇ ਨਾਲ ਕਾਫੀ ਵਧੀਆ ਰਿਜ਼ਲਟ ਆਏ ਇਹਦੇ ਆਇਲ ਦੇ ਤੇ ਤਾਂ ਕਰਕੇ ਫਿਰ ਮੈਂ ਯੂਜ਼ ਕਰਦੀ ਸੀਗੀ ਪ੍ਰੋਬਲਮ ਕੀ ਸੀ ਤੁਹਾਨੂੰ ਇੱਕ ਵਾਰ ਛੱਡਦੇ ਸੀ ਤੇ ਪਹਿਲਾਂ ਹੀ ਫਿਰਨਾ ਚਿੱਟੇ ਵਾਲ ਵੀ ਆਉਣ ਲੱਗੇ ਸੀਗੇ ਤੇ ਹੁਣ ਕਾਫੀ ਘਟ ਗਏ ਆ ਤੇ ਹਾਂਜੀ ਹੁਣ ਵਾਲਾਂ ਦੀ ਗਰੋਥ ਫੀ ਬਹੁਤ ਹੋ ਗਈ ਆ ਉਹ ਤਾਂ ਖਾਸੇ ਲੰਮੇ ਲੱਗਦੇ ਨੇ ਵਾਲ ਤੁਸੀਂ ਮੂਰ ਨੂੰ ਕੱਢੀ ਬੈਠੇ ਹੋ ਵਾਲ ਹਾਂਜੀ ਹੁਣ ਤਾਂ ਕਾਫੀ ਹੋ ਗਏ ਹਾਂਜੀ ਗਰੋਥ ਵੱਧ ਗਈ ਅੱਗੇ ਨਾਲੋਂ ਅੱਛਾ ਕਿਹਨੇ ਲੈ ਕੇ ਦਿੱਤਾ ਸੀ ਤੁਹਾਨੂੰ ਤੇਲ ਕਿਹਨੇ ਲੈ ਕੇ ਦਿੱਤਾ ਇੱਥੇ ਤੁਸੀਂ ਤੇਲ ਲਗਾਉਣਾ ਤੇਲ ਲੈਣ ਆਇਓ ਤੁਸੀਂ ਲੈਣ ਆਇਓ ਹਾਂਜੀ ਉਹ ਪਹਿਲਾਂ ਮਤਲਬ ਹੁਣ ਯੂਜ਼ ਕੀਤਾ ਸੀ ਤੇ ਤਾਂ ਕਰਕੇ ਹੁਣ ਸਾਡੀ ਇਦਾਂ ਹੁੰਦਾ ਕਿ ਹੋਰ ਵੱਧ ਜਾਣ ਵਾਲਾ ਨਾ ਨਹੀਂ ਹੋਰ ਕਿੰਨੇ ਕੁ ਲੰਮੇ ਵਾਲ ਕਰਨੇ ਨੇ ਤਾਂ ਕਰਕੇ ਅਸੀਂ ਹੁਣ ਹਜੇ ਵੀ ਯੂਜ਼ ਕਰਦੇ ਆ ਹਾਂਜੀ ਨਹੀਂ ਮੈਂ ਤਾਂ ਇਹ ਪੁੱਛਣਾ ਵੀ ਹੋਰ ਕਿੰਨੇ ਕੁ ਲੰਮੇ ਵਾਲ ਕਰਨੇ ਨੇ ਤੁਸੀਂ ਕਿੰਨੇ ਕੁ ਚੌੜੇ ਵੀ ਕਿੰਨੇ ਕੁ ਲੰਮੇ ਕਰਨੇ ਨੇ ਪਹਿਲਾਂ ਤੁਸੀਂ ਕਹਿ ਰਹੇ ਸੀ ਕਿ ਤੁਹਾਡੇ ਵਾਲ ਟੁੱਟਣ ਲੱਗ ਗਏ ਸੀ ਝੜਨ ਲੱਗ ਗਏ ਸੀ ਹਾਂਜੀ ਹੋਰ ਹੁਣ ਬਸ ਸੋਦੀ ਜਸ ਚਾਹੀਦੇ ਆ ਕਿ ਹੋਰ ਬਸ ਵਧ ਜਾਣ ਹੁਣ ਵਧੀਆ ਲੱਗਦੇ ਆ ਸੋਹਣੇ ਲੱਗਦੇ ਆ ਵਾਲ ਜੋ ਚਾਹੀਦਾ ਪਹੇਰ ਸਟਾਈਲ ਵੀ ਕਰਦੇ ਆ ਜਾਂ ਕੁਝ ਵੀ ਆ ਰਿਬਾਉਂਡਿੰਗ ਨਾਲ ਤਾਂ ਵਧੀਆ ਆ ਕਿ ਲੰਬੇ ਵਾਲੀ ਹੋਣ ਪਰ ਕੁੜੀਆਂ ਨੂੰ ਤਾਂ ਰਿਬਾਉਂਡਿੰਗ ਕਰਾ ਕੇ ਕਹਿੰਦੇ ਨੇ ਵੀ ਰਿਬਾਉਂਡਿੰਗ ਕਰਾ ਲਓ ਵਾਲ ਗ੍ਰੋਥ ਜਿਹੜੀ ਕੁਝ ਕੁ ਸੈਂਟੀਮੀਟਰ ਵੈਸੇ ਵਧ ਜਾਂਦੇ ਤੁਸੀਂ ਵੀ ਰਿਬਾਉਂਡਿੰਗ ਕਰਾਈ ਸੀ ਉਸ ਤੋਂ ਬਾਅਦ ਖਰਾਬ ਹੋ ਗਈ ਸੀ ਨਹੀਂ ਨਹੀਂ ਰਿਬਾਉਂਡਿੰਗ ਨਹੀਂ ਕਰਾਏ ਕਿਉਂਕਿ ਰਿਬਾਉਂਡਿੰਗ ਦੇ ਵਿੱਚ ਕਾਫੀ ਕੈਮੀਕਲ ਜਿਹੇ ਹੁੰਦੇ ਆ ਨਾ ਪ੍ਰੋਡਕਟ ਅੱਜ ਕੱਲ ਬਹੁਤ ਆਣ ਲੱਗ ਗਿਆ ਉਹਦੇ ਕਰਕੇ ਫਿਰ ਰਿਬਾਉਂ ਕਿ ਇਹਦੇ ਨੇਚੁਰਲੀ ਵਧਿਆ ਹੋਣਾ ਚਾਹੀਦਾ ਜੀ ਜੀ ਹਾਂਜੀ ਸ਼ੁਕਰੀਆ ਦੀਕਸ਼ਾ ਤੁਹਾਡਾ ਕੀ ਨਾਮ ਹੈ ਪ੍ਰਭਜੋਤ ਕੌਰ ਅੱਛਾ ਪ੍ਰਭਜੋਤ ਤੁਹਾਨੂੰ ਕੀ ਦਿੱਕਤ ਸੀ ਮੇਰੇ ਵਾਲ ਬਹੁਤ ਝੜਦੇ ਸੀ ਅੱਛਾ ਹਾਂਜੀ ਤੇ ਫਿਰ ਹੁਣ ਰੁੱਕ ਗਏ ਹਾਂਜੀ ਅੱਗੇ ਨਾਲ ਕਾਫੀ ਗ੍ਰੋਥ ਵੀ ਹੋ ਗਈ ਹੈ ਅੱਛਾ ਫਿਰ ਇੱਥੇ ਤੁਸੀਂ ਤੁਹਾਨੂੰ ਕੋਲ ਤੇਲ ਤੁਸੀਂ ਲਗਵਾਉਣੇ ਇੱਥੇ ਆ ਕੇ ਆ ਤੇਲ ਲੈ ਕੇ ਜਾਣੇ ਲੈ ਕੇ ਜਾਂਦੇ ਹਾਂ ਅੱਛਾ ਲੈ ਕੇ ਜਾਂਦੇ ਕਿਹੜਾ ਬਿੰਡਾ ਤੁਹਾਡਾ ਸਕੋਪਰ अच्छा ਤੁਸੀਂ ਇੱਥੇ ਖਾਸ ਕਰਕੇ ਆਏ ਹੋ ਤੁਹਾਨੂੰ ਕਿਵੇਂ ਪਤਾ ਲੱਗਿਆ ਸੀ ਇਹ ਥਾਂ ਦਾ ਮੈਨੂੰ ਇਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਵੀ ਇਹ ਯੂਜ਼ ਕਰਕੇ ਅੱਛਾ ਤੁਸੀਂ ਸੇਲੀ ਹੋ ਵਾਪਸ ਹਾਂਜੀ ਅੱਛਾ ਕਿੱਥੇ ਵੱਢਦੇ ਹੋ ਨਹੀਂ ਨਹੀਂ ਅੱਛਾ ਲੱਗੇ ਇੱਕ ਪਿੰਡ ਦੇ ਵਿੱਚ ਹੀ ਅੱਛਾ ਇੱਕ ਪਿੰਡ ਦੇ ਵਿੱਚ ਜੀ ਤੇ ਫਿਰ ਤੁਸੀਂ ਤੁਹਾਡੇ ਨਾਲ ਰਾਬਤਾ ਕਿਵੇਂ ਹੋਇਆ ਕਿਹੋ ਜਿਹਾ ਤੁਹਾਡਾ ਤਜਰਬਾ ਕਿਵੇਂ ਹੈ ਬਸ ਤੁਹਾਡਾ ਤਜਰਬਾ ਕਿਵੇਂ ਕਿਸ ਤਰ੍ਹਾਂ ਦਾ ਤੁਹਾਡਾ ਹੈਗਾ ਇੱਥੇ ਕੀ ਕੀ ਤੁਹਾਨੂੰ ਫਰਕ ਪਿਆ ਮੇਰੇ ਵਾਲ ਅੱਗੇ ਕਾਫੀ ਝੜਦੇ ਸੀਗੇ ਤੇ ਉਹ ਵੀ ਬੰਦ ਹੋ ਗਏ ਆ ਤੇ ਮੇਰੇ ਜਿਹੜੀ ਗਰੋਥ ਵੀ ਕਾਫੀ ਹੋਈ ਮੇਰੇ ਬੋੜਨ ਦੀ ਹੂੰ ਜੀ ਸੋ ਕੁਝ ਕੋ ਹੋਰ ਵੀ ਇੱਥੇ ਬੈਠੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਤੁਹਾਡਾ ਕੀ ਨਾਮ ਹੈ ਰਜ ਗਗਨਦੀਪ ਕੌਰ ਅੱਛਾ ਗਗਨ ਸਾਰਿਆਂ ਨੂੰ ਬੜੇ ਗੌਰ ਨਾਲ ਤੁਸੀਂ ਦੇਖ ਰਹੇ ਹੋ ਕੀ ਚੱਲ ਰਿਹਾ ਮਨ ਦੇ ਵਿੱਚ ਕੋਈ ਚ ਨਹੀਂ ਤੁਸੀਂ ਇੱਥੇ ਬੈਠੇ ਹੋ ਕੀ ਚੱਲ ਰਿਹਾ ਹੈ ਮੰਨਦੇ ਵਿੱਚ ਤੁਹਾਡੇ ਨਾਲ ਦੀ ਤੁਹਾਡੇ ਸਾਥ ਨਾਲ ਜਿਹੜੀਆਂ ਨੇ ਵਾਲਾਂ ਨੂੰ ਲੈ ਕੇ ਜਿਹੜੇ ਲੋਕ ਪਰੇਸ਼ਾਨ ਨੇ ਬਹੁਤ ਸਾਰੀ ਜਿਹੜੇ ਤੁਹਾਨੂੰ ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਲੋਕ ਦੇਖ ਰਹੇ ਨੇ ਉਹਨਾਂ ਨੂੰ ਕੀ ਕਹੋਗੇ ਜਿਹੜੇ ਮੁੰਡੇ ਕੁੜੀਆਂ ਕਹਿੰਦੇ ਨੇ ਕਿ ਜੇ ਅਸੀਂ ਰਿਮਾਉਂਡਿੰਗ ਕਰਾ ਲਈਏ ਅਸੀਂ ਰਿਮਾਉਂਡਿੰਗ ਨਾਲ ਲੰਮੇ ਕਰਾ ਲਈਏ ਜਾਂ ਹੋਰ ਕੋਈ ਤਰ੍ਹਾਂ ਤਰ੍ਹਾਂ ਦੇ ਪ੍ਰੋਡਕਟ ਉਹ ਖਾਂਦੇ ਨੇ ਦਵਾਈਆਂ ਦੇ ਪੱਲੇ ਨੇ ਲੱਖਾਂ ਰੁਪਏ ਆਪਣਾ ਬਰਬਾਦ ਕਰ ਚੁੱਕੇ ਨੇ ਉਹਨਾਂ ਨੂੰ ਕੀ ਕਹੋਗੇ ਐਕਚੁਅਲੀ ਮੈਂ ਤਾਂ ਇਹੀ ਕਹਿਣਾ ਚਾਹੁੰਗੀ ਕਿ ਦਵਾਈਆਂ ਨਾ ਖਾਣ ਕਿਉਂਕਿ ਮੈਂ ਵੀ ਬਹੁਤ ਖਾਧੀਆਂ ਮੇਰੇ ਵਾਲ ਬਹੁਤ ਟੁੱਟਦੇ ਸੀ ਬਿਲਕੁਲ ਫਰਕ ਨਹੀਂ ਪਿਆ ਇਸ ਲਈ ਮੈਂ ਇੱਕ ਵਾਰੀ ਮੈਡੀਕਲ ਤੇ ਗਈ ਸੀ ਉੱਥੇ ਮੈਨੂੰ ਉਹਨਾਂ ਨੇ ਰეკਮੈਂਡ ਕੀਤਾ ਸੀ ਕਿ ਰਿਜ਼ਲਟ ਹੈ ਇਸ ਤੇਲ ਦੇ ਕਿ ਵਰਤ ਕੇ ਦੇਖੋ ਮੈਂ ਵਰਤ ਕੇ ਦੇਖਿਆ ਹੁਣ ਮੇਰੇ ਵਾਲ ਕਾਫੀ ਵਧੀਆ اچھا ਤੁਸੀਂ ਵੀ ਤਾਂ ਹੀ ਵਾਲ ਕਿੰਨੇ ਤੁਹਾਨੂੰ ਮੈਂ ਤਾਂ ਇਹੀ ਸਵਾਲ ਪੁੱਛਦਾ ਵੀ ਲੰਮੇ ਵਾਲ ਮੈਨੂੰ ਨਹੀਂ ਸਮਝ ਆਉਂਦੇ ਵੀ ਲੰਮੇ ਵਾਲ ਸੋਹਣੇ ਲੱਗਦੇ ਨੇ ਤੁਸੀਂ ਕਿੰਨੇ ਕੁ ਲੰਮੇ ਵਾਲ ਕਰਨੇ ਠੀਕ ਠਾਕ ਨੇ ਹੁਣ ਤੇ ਗੋਡਿਆਂ ਤੋਂ ਥੱਲੇ ਤੱਕ ਹੋ ਜਾਂਦੇ ਤੋ ਉਹ ਇੱਥੇ ਜਿਹੜੀਆਂ ਧੀਆ ਸਾਡੀਆਂ ਕੁੜੀਆਂ ਸਾਡੀਆਂ ਭੈਣਾਂ ਇੱਥੇ ਜਿਹੜੀਆਂ ਬੈਠੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਉਦੋਂ ਤੱਕ ਨਹੀਂ ਹਟਣਗੀਆਂ ਇੱਥੇ ਆਉਣ ਤੋਂ ਇਹ ਤੇਲ ਲਾਉਣ ਤੋਂ ਜਦੋਂ ਤੱਕ ਗੋਡਿਆਂ ਤੋਂ ਹੇਠਾਂ ਨਹੀਂ ਵਾਲ ਚਲੇ ਜਾਂਦੇ ਤੇ ਫਿਰ ਫਿਰ ਨਹੀਂ ਉਹ ਅੱਛਾ ਚਲੋ ਇਹ ਦੱਸੋ ਕਿ ਪਹਿਲਾਂ ਤੁਹਾਡੇ ਵਾਲ ਇੰਨੇ ਲੰਬੇ ਸੀ ਨਹੀਂ ਨਹੀਂ ਪਹਿਲਾਂ ਮੇਰੇ ਵਾਲ ਛੋਟੇ ਸੀ ਅੱਛਾ ਹਾਂਜੀ ਤੇ ਤੁਹਾਡੀ ਉਮਰ ਕਿੰਨੀ ਹੈ 18 اچھا ਤੁਹਾਡੀ ਉਮਰ ਘਟਿਆ ਤੇ ਤੁਸੀਂ ਮਤਲਬ ਜਿੰਨੀ ਤੁਹਾਡੀ ਉਮਰ ਹੈ ਤੁਸੀਂ ਚਾਹੁੰਦੇ ਹੋ ਕਿ 19 ਲੰਮੇ ਤੁਹਾਡੇ ਵਾਲ ਹੋਣ 19 ਫੁੱਟ ਲੰਮੇ ਤੁਹਾਡੇ ਵਾਲ ਹਾਂਜੀ ਜੀ 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 ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪਰ ਤੁਹਾਡੀ ਮੁਲਾਕਾਤ ਹੈ ਜਿਹੜੀ ਹੁਣ ਅਸੀਂ ਵਿਜੇ ਜੀ ਹੁਣਾਂ ਨਾਲ ਕਰਵਾਉਣ ਜਾ ਰਹੇ ਆ ਤੇ ਜਿਹੜੀਆਂ ਇੱਥੇ ਲੇਡੀਜ਼ ਆਉਂਦੀਆਂ ਨੇ ਉਹਨਾਂ ਦਾ ਖਾਸ ਕਰਕੇ ਜਿਹੜਾ ਖਿਆਲ ਹੈਗਾ ਵਿਜੇ ਜੀ ਦੇ ਜਿਹੜੇ ਵਾਈਫ ਹੈਗੇ ਨੇ ਉਹ ਰੱਖਦੇ ਨੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਇਹ ਉਹ ਉਹ ਕੁੜੀਆਂ ਨੇ ਉਹ ਸਾਡੀਆਂ ਧੀਆਂ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਗੋਡਿਆਂ ਤੋਂ ਹੇਠਾਂ ਤੱਕ ਆਪਣੇ ਵਾਲ ਲੈ ਕੇ ਜਾਣਗੇ ਤੁਹਾਡਾ ਕੀ ਨਾਂ ਹੈ ਜੀ ਅਨੀਤਾ ਇਹ ਇਹ ਕੁੜੀਆਂ ਕਹਿੰਦੀ ਜੀ ਕੰਪੀਟੀਸ਼ਨ ਚਲਾਇਆ ਹੋਇਆ ਤੁਸੀਂ ਗੋਡਿਆਂ ਤੋਂ ਹੇਠਾਂ ਵਾਲ ਲੈ ਜਾਂਦਾ ਨਹੀਂ ਨਹੀਂ ਜੀ ਇਹ ਕੰਪੀਟੀਸ਼ਨ ਕੋਈ ਨਹੀਂ ਚਲਾਇਆ ਇਹਨਾਂ ਦੀ ਆਪਣੀ ਆਪਣੀ ਸੋਚ ਹੈ ਕਿ ਅਸੀਂ ਵਾਲ ਲੰਬੇ ਤੋਂ ਲੰਬੇ ਰੱਖਣੇ ਆ ਹਾਂਜੀ ਅੱਛਾ ਇਹ ਦੱਸੋ ਕਿ ਜਿਹੜੇ ਤੁਹਾਡੇ ਵਾਲ ਨੇ ਤੁਹਾਡੇ ਨੇਚਰਲ ਵਾਲ ਨੇ ਹਾਂਜੀ ਨੇਚਰਲ ਵਾਲ ਨੇ ਮੇਰੇ अच्छा हां जी ਤੇ ਅ ਅ ਅੱਜ ਕੱਲ ਔਰਤਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਛੋਟੀ ਉਮਰ ਦੇ ਮੁੰਡੇ ਕੁੜੀਆਂ ਨੇ ਉਹਨਾਂ ਨੂੰ ਕੀ ਕੀ ਦਿੱਕਤਾਂ ਆ ਰਹੀਆਂ ਨੇ ਵਾਲਾਂ ਨੂੰ ਲੈ ਕੇ ਕਿਉਂਕਿ ਤੁਸੀਂ ਇੱਥੇ ਜਿਹੜਾ ਤੁਹਾਡੇ ਕੋਲ ਇੱਥੇ ਤੇਲ ਲਵਾਉਣ ਆਉਂਦੇ ਨੇ ਰੋਜ਼ਾਨਾ ਤੁਹਾਨੂੰ ਦੱਸਦੇ ਹੋਣਗੇ ਹਾਂ ਜੀ ਕਈ ਪ੍ਰੋਬਲਮਸ ਆ ਰਹੇ ਕਿਸੇ ਦੇ ਵਾਲ ਚਿੱਟੇ ਹੋ ਰਹੇ ਨੇ ਕਿਸੇ ਦੇ ਵਾਲ ਝੜ ਰਹੇ ਨੇ ਕਿਸੇ ਦੇ ਵਾਲਾਂ ਦੀ ਗ੍ਰੋਥ ਘਟ ਹੋ ਚੁੱਕੀ ਹੈ ਤੇ ਕਈ ਲੇਡੀਜ਼ ਦੇ ਵਿੱਚ ਬਾਲਾਂ ਨੂੰ ਕੀੜਾ ਲੱਗ ਚੁੱਕਾ ਹੈ ਤੇ ਉਹਨਾਂ ਦੀ ਬਾਲਾਂ ਦੀ ਗਰੋਥ ਬਿਲਕੁਲ ਸਟاپ ਹੋ ਚੁੱਕੀ ਹੈ ਤੇ ਉਹ ਇਹ ਚਾਹੁੰਦੀ ਹੈ ਵੀ ਸਾਡੇ ਬਾਲਾਂ ਦੀ ਸਮੱਸਿਆ ਹੱਲ ਕੀਤੀ ਜਾਵੇ ਤੇ ਅਸੀਂ ਉਹਨਾਂ ਦੀ ਬਾਲਾਂ ਦੀ ਸਮੱਸਿਆ ਹੱਲ ਕਰਨ ਵਾਸਤੇ ਹੈ ਉਹਨਾਂ ਦੀ ਹੈਲਪ ਕਰ ਰਹੇ ਹਾਂ ਅੱਛਾ ਤੇ ਫਿਰ ਮੈਨੂੰ ਇਹ ਦੱਸੋ ਕਿ ਜਦੋਂ ਤੁਹਾਡੇ ਕੋਲ ਇੱਥੇ ਘੱਟ ਉਮਰ ਦੇ ਮੁੰਡੇ ਕੁੜੀਆਂ ਆਉਂਦੇ ਨੇ ਸਭ ਤੋਂ ਪਹਿਲਾਂ ਆ ਕੇ ਕੀ ਕਹਿੰਦੇ ਨੇ ਤੁਹਾਨੂੰ ਕੀ ਆ ਕੇ ਸਮੱਸਿਆ ਕੀ ਦੱਸਦੇ ਨੇ ਤੇ ਫਿਰ ਉਹਨਾਂ ਨੂੰ ਕਿਵੇਂ ਤੁਸੀਂ ਹੌਸਲਾ ਦਿੰਦੇ ਹੋ ਇੱਥੇ ਉਹ ਪੁੱਛਦੇ ਨੇ ਕਿ ਸਾਡੇ ਵਾਲ ਬਹੁਤ ਝੜਦੇ ਨੇ ਸਾਡੇ ਵਾਲਾਂ ਦੀ ਗਰੋਥ ਨਹੀਂ ਵਾਧੀ ਇਹਦਾ ਹੱਲ ਹੋ ਸਕਦਾ ਸੀ ਕਿ ਹਾਂਜੀ ਤੁਹਾਡੇ ਵਾਲਾਂ ਦਾ ਹੱਲ ਹੋਏਗਾ ਤੁਸੀਂ ਇਹਦੇ ਨਾਲ ਆਪਣੇ ਖਾਣੇ ਪੀਣੇ ਦਾ ਵੀ ਧਿਆਨ ਰੱਖੋ ਸਾਡਾ ਤੇਲ ਯੂਜ਼ ਕਰੋ ਜਾਂ ਤੁਸੀਂ ਘਰ ਆਪਣੀ ਰਸੋਈ ਵਿੱਚ ਤੇਲ ਬਣਾ ਸਕਦੇ ਹੋ ਉਹ ਵਰਤ ਕੇ ਦੇਖੋ ਹਾਂਜੀ ਜੀ ਜੀ ਸੋ ਸਾਡੇ ਨਾਲ ਤੁਹਾਡੀ ਮੁਲਾਕਾਤ ਕਰਵਾਉਣੇ ਆ ਇਸ ਦੇਸੀ ਫਾਰਮੂਲੇ ਨੂੰ ਇਹ ਉਹ ਤੇਲ ਹੈਗਾ ਜਿਹੜਾ ਪਹਾੜਾਂ ਦੇ ਵਿੱਚੋਂ ਮਿਲਿਆ ਸਾਡੇ ਨਾਲ ਤੇਲ ਨੂੰ ਇੰਟਰੋਡਿਊਸ ਕਰਵਾਉਣ ਵਾਲੇ ਇਹਨਾਂ ਮੁੰਡੇ ਕੁੜੀਆਂ ਦੀ ਜਿਹੜੀ ਜ਼ਿੰਦਗੀ ਹੈ ਉਹ ਬਦਲਣ ਵਾਲੇ ਨੇ ਅ ਵਿਜੇ ਕੁਮਾਰ ਜੀ ਨੇ ਉਹਨਾਂ ਨਾਲ ਅਸੀਂ ਵੀ ਗੱਲਬਾਤ ਕਰਦੇ ਹਾਂ ਵਿਜੇ ਜੀ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਸასი ਸ਼ਾਲ ਸਾਰਿਆਂ ਨੂੰ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਸასი ਸ਼ਾਲ ਕਹਿਣਾ ਹੈ ਠੀਕ ਹੈ ਜੀ ਤੁਸੀਂ ਸਾਡੇ ਦਰਵਾਜ਼ਾ ਆਏ ਆ ਸਾਨੂੰ ਅਸੀਂ ਬਹੁਤ ਧੰਨਵਾਦ ਤੁਹਾਡਾ ਕਰਦੇ ਹਾਂ ਅਸੀਂ ਤੁਹਾਡਾ ਮਤਲਬ ਨਿੱਘਾ ਸਵਾਗਤ ਕਰਦੇ ਹਾਂ ਅੱਛਾ ਵਿਜੇ ਜੀ ਸਾਨੂੰ ਇਹ ਦੱਸੋ ਕਿ ਜਿਹੜਾ ਇਹ ਫਾਰਮੂਲਾ ਹੈ ਇੱਥੇ ਮੁੰਡੇ ਕੁੜੀਆਂ ਦਾ ਤੁਸੀਂ ਤਾਂ ਤਾਂ ਲੱਗਿਆ ਹੋਇਆ ਇੱਥੇ ਕੁੜੀਆਂ ਮੁੰਡੇ ਬੈਠੇ ਨੇ ਕਿੱਥੋਂ ਮਿਲਿਆ ਤੁਹਾਨੂੰ ਇਹ ਫਾਰਮੂਲਾ ਕਿਉਂਕਿ ਬਾਲਾਂ ਦੀ ਬੜੀ ਵੱਡੀ ਸਮੱਸਿਆ ਇਸ ਵੇਲੇ ਪੰਜਾਬ ਦੇ ਵਿੱਚ ਹੈ ਹਾਂਜੀ ਦੇਖੋ ਬਾਲਾਂ ਦਾ ਜਿਹੜਾ ਇਹ ਫਾਰਮੂਲਾ ਹੈਗਾ ਮੈਂ ਐਕਚੁਅਲ ਪਹਾੜਾਂ ਦੇ ਵਿੱਚ ਗਿਆ ਸੀ ਹੈਬੋਵਾਲ ਨੈਨਮਾ ਤੋਂ ਉੱਪਰ ਇੱਕ ਪਹਾੜ ਪੈਂਦੇ ਹੈਗੇ ਥੋੜੀ ਜਾਈ ਠੀਕ ਉਹਨਾਂ ਤੋਂ ਅੱਗੇ ਝੁੰਗੀਆਂ ਝੁੰਗੀਆਂ ਤੋਂ ਅੱਗੇ ਮੈਂ ਗਿਆ ਤਾਂ ਜਦੋਂ ਅੱਗੇ ਜਾ ਕੇ ਦੇਖਿਆ ਤੇ ਇੱਕ ਕੋਈ ਸਿਆਣਾ ਬਜ਼ੁਰਗ ਸੀਗਾ ਕੋਈ ਉਹਦੇ ਉਮਰ 80 ਕੇ ਸਾਲ ਦੇ ਸੀਗੇ ਜਦੋਂ ਮੈਂ ਗਿਆ ਅੱਜ ਤੋਂ 15 ਸਾਲ ਪਹਿਲੀ ਗੱਲ ਹੈਗੀ ਹੁਣ ਤਾਂ ਉਹਨਾਂ ਦੀ ਡੈਥ ਹੋ ਚੁੱਕੀ ਆ ਠੀਕ ਆ ਜਦੋਂ ਮੈਂ ਉਹਨਾਂ ਦੇ ਕੋਲ ਗਿਆ ਤਾਂ ਉਹ ਬੜੇ ਆਰਾਮ ਦੇ ਨਾਲ ਮਤਲਬ ਐਨ ਤਰੀਕੇ ਦੇ ਨਾਲ ਬਾਲਾਂ ਦਾ ਤੇਲ ਬਣਾ ਰਹੇ ਹੈਗੇ ਆ ਲੋਕਾਂ ਨਾਲ ਉੱਥੇ ਤਾਂ ਅੰਕਾ ਲੱਗਾ ਹੋਇਆ ਬਹੁਤ ਲੋਕੀ ਉੱਥੇ ਬੈਠੇ ਹੋਏ ਆ ਮੈਨੂੰ ਬੜਾ ਅੱਛਾ ਲੱਗਾ ਮੈਂ ਉਹਨਾਂ ਕੋਲ ਗਿਆ ਮੈਂ ਕਿਹਾ ਵੀ ਉਹਨਾਂ ਦੇ ਪੈਰੀ ਹੱਥ ਲਾਇਆ ਹੈਗਾ ਤੇ ਉਹ ਕਹਿੰਦਾ ਪੁੱਤ ਕੀ ਤੁਸੀਂ ਕੀ ਕਰਨਾ ਹੈ ਮੈਂ ਕਿਹਾ ਜੀ ਬਸ ਮੈਂ ਵੀ ਇੱਕ ਬਾਲਾਂ ਦਾ ਤੇਲ ਲੈਣਾ ਆ ਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਮੈਂ ਵੀ ਲੋਕਾਂ ਦਾ ਭਲਾ ਕਰਨਾ ਚਾਹੁੰਦਾ ਠੀਕ ਆ ਜੀ ਉਹ ਕਹਿੰਦੇ ਜੇ ਭਲਾ ਕਰਨਾ ਚਾਹੁੰਦਾ ਪੁੱ ਇੱਕ ਮਹੀਨਾ ਲਗਾਤਾਰ ਜਾਣ ਤੋਂ ਬਾਅਦ ਮੈਨੂੰ ਉਹਨਾਂ ਨੇ ਮਤਲਬ ਫਾਰਮੂਲਾ ਦਿੱਤਾ ਉਹ ਕਹਿੰਦਾ ਪੁੱਤ ਪੇ ਫਾਰਮੂਲਾ ਆ ਤਾਂ ਤੁਸੀਂ ਬਣਾ ਸਕਦੇ ਆ ਪਰ ਬਹੁਤ ਲੋਕਾਂ ਦਾ ਫਾਇਦਾ ਵੀ ਕਰ ਸਕਦੇ ਆ ਤੇ ਮੈਂ ਤਾਂ ਸਿਰਫ ਵਾਲਾਂ ਨੂੰ ਝੜਨ ਤੋਂ ਫਾਰਮੂਲਾ ਲਿਆ ਸੀ ਜਦੋਂ ਵਾਲਾਂ ਨੂੰ ਝੜਨ ਤੋਂ ਫਾਰਮੂਲਾ ਲਿਆ ਮੈਂ ਕਿਉਂ ਮੇਰੇ ਵਾਲ ਝੜਦੇ ਸੀ ਕਿ ਜਦੋਂ ਵਾਲਾਂ ਨੂੰ ਝੜਨ ਤੋਂ ਮੈਂ ਫਾਰਮੂਲਾ ਲਿਆ ਉਹਦੇ ਬਾਅਦ ਵਿੱਚ ਮੈਂ ਲੋਕਾਂ ਨੂੰ ਫ੍ਰੀ ਵੰਡਿਆ ਬਹੁਤ ਲੋਕਾਂ ਨੂੰ ਫ੍ਰੀ ਵੰਡਿਆ ਔਰ ਲੋਕ ਕੀ ਇਹੋ ਜਿਹਾ ਆਇਆ ਜਿਹੜੇ ਬੰਦੇ ਕਹਿੰਦੇ ਬਈ ਮੈਨੂੰ ਤਾਂ ਗੰਜਾਪਨ ਵੀ ਮੇਰਾ ਠੀਕ ਹੋ ਗਿਆ ਪਰ ਅਸੀਂ ਦਾਵਾ ਨਹੀਂ ਕਰਦੇ ਗੰਜੇ ਪੰਦਾ ਠੀਕ ਆ ਨਾ ਅਸੀਂ ਕਹਿੰਦੇ ਨਾ ਗੰਜਾ ਪੰ ਠੀਕ ਹੋ ਸਕਦਾ ਪਰ ਸਾਡੇ ਕੋਲ ਇਦਾਂ ਦੇ ਕੇਸਸ ਆਏ ਆ ਜਿਹੜੇ ਕਹਿੰਦੇ ਸਾਡੇ ਵਾਲ ਲੰਬੇ ਹੋ ਗਏ ਆ ਸੰਘਣੇ ਹੋ ਗਏ ਆ ਚਿੱਟੀਆਂ ਤੋਂ ਕਾਲੇ ਹੋ ਗਏ ਆ ਠੀਕ ਆ ਜੀ ਵਾਲ ਤੇ ਜਿਹੜੇ ਕਲਮਣੇ ਤੁਹਾਡੇ ਵੀ ਆਲੇ ਦੋਲੇ ਓਏ ਚਿੱਟੀਆਂ ਹੋਈਆਂ ਦੇਖੋ ਸਾਡੇ ਕੋਲ ਇਹ ਤਾਂ ਮਰਦੇ ਲਿਹਾਜ਼ ਨਾਲ ਠੀਕ ਆ ਜੀ ਉਮਰ ਦੇ ਲਿਹਾਜ਼ ਨਾਲ ਸਭ ਕੁਝ ਹੋਣਾ ਹੀ ਹੋਣਾ ਆ ਠੀਕ ਹੈ ਜੀ ਇਹ ਉਮਰ ਦੇ لحاظ ਨਾਲ ਠੀਕ ਹੈ ਜੋ ਮੇਰੇ ਵਾਲ ਬਿਲਕੁਲ ਨੈਚੁਰਲ ਹੈਗੇ ਆ ਠੀਕ ਹੈ ਮੈਂ ਵਾਲਾਂ ਨੂੰ ਮਹਿੰਦੀ ਨਹੀਂ ਲਾਉਂਦਾ ਕੁਝ ਨਹੀਂ ਕਰਦਾ ਜੋ ਮੇਰੇ ਵਾਲ ਹੈਗੇ ਨੈਚੁਰਲ ਹੈਗੇ ਆ ਠੀਕ ਹੈ ਜੀ ਇਹਦੇ ਵਿੱਚ ਕੋਈ ਅੱਛਾ ਇਹ ਦੱਸੋ ਫਿਰ ਜਦੋਂ ਕਿਸੇ ਨੇ ਇੱਥੇ ਤੁਹਾਡੇ ਕੋਲੋਂ ਇੱਥੇ ਤੁਸੀਂ ਸੇਵਾ ਕਰਦੇ ਹੋ ਕੀ ਕਰਦੇ ਹੋ ਕੀ ਤੁਹਾਡਾ ਹਿਸਾਬ ਕਿਤਾਬ ਰਹਿੰਦਾ ਹੈ ਮਤਲਬ लोग भी इथे जुड़े हुए हैं ਤੁਸੀਂ ਤੇਲ ਵੀ ਇੱਥੇ ਫ੍ਰੀ ਚ ਲਾ ਰਹੇ ਹੋ ਕੀ ਕਿਸ ਤਰੀਕੇ ਨਾਲ ਤੁਹਾਡੇ ਨਾਲ ਅਗਰ رابطہ ਕਰਨਾ ਹੋਵੇ ਲੋਕਾਂ ਨੇ ਤੁਹਾਡੇ ਨਾਲ ਰابطਾ ਕਿਵੇਂ ਹੋ ਸਕਦਾ ਦੇਖੋ ਜੀ ਸਰ ਇਹਦੇ ਵਿੱਚ ਇਹ ਹੈਗਾ ਫ੍ਰੀ ਆਪਾਂ ਲੋਕਾਂ ਦੀ ਸੇਵਾ ਕਰਦੇ ਆਂ ਅਗਰ ਕਿਸੇ ਕੋਲ ਟਾਈਮ ਨਹੀਂ ਹੈਗਾ ਜਾਂ ਪੈਸੇ ਨਹੀਂ ਦੇ ਸਕਦਾ ਜਾਂ ਕੋਈ ਬੰਦਾ ਆਪਣਾ ਰਿਜ਼ਲਟ ਦੇਖਣਾ ਸੰਣਾ ਸਾਡੇ ਤੇਲ ਦਾ ਠੀਕ ਹੈ ਜੀ ਉਹ ਇੱਥੇ ਆ ਸਕਦਾ ਸਾਡੇ ਕੋਲ ਇੱਥੇ ਆ ਕੇ ਰਿਜ਼ਲਟ ਦੇਖਣ ਦੇ ਲਈ ਦੋ ਦਿਨ ਚਾਰ ਦਿਨ ਆਪਣਾ ਲਗਵਾਵੇ ਠੀਕ ਆ ਉਹਦੇ ਬਾਅਦ ਚ ਅਸੀਂ ਇੱਕ ਤੇਲ ਆਪਣਾ ਤਿਆਰ ਕੀਤਾ ਹੈ ਗਰੋ ਅਪ ਪਲੱਸ ਦੇ ਨਾਮ ਤੇ ਠੀਕ ਹੈ ਜੀ ਉਹਦੀ ਆਪਾਂ ਕੀਮਤ ਵਸੂਲ ਕਰਦੇ ਗਏ ਬਿਲਕੁਲ ਬਾਜ਼ੀਬ ਉਹਦੀ ਕੀਮਤ ਰੱਖੀ ਗਈ ਹੈ 625 ਦੇ ਵਿੱਚ ਆਪਾਂ ਉਹ ਤੇਲ ਲੰਨੇ ਇੱਕ ਮਹੀਨਾ ਉਹ ਤੇਲ ਚੱਲਦਾ ਹੈਗਾ ਸਾਡਾ ਠੀਕ ਹੈ ਜੀ ਉਹ ਤੇਲ ਦਾ ਬਹੁਤ ਵਧੀਆ ਰਿਜ਼ਲਟ ਹੈਗਾ ਕਿਉਂਕਿ ਦੂਰੋਂ ਜਿਹੜੇ ਬੰਦੇ ਕੋਈ ਬੰਦਾ ਮਤਲਬ ਹਰਿਆਣੇ ਤੋਂ ਨਹੀਂ ਆ ਸਕਦਾ ਰਾਜਸਥਾਨ ਤੋਂ ਨਹੀਂ ਆ ਸਕਦਾ ਜੰਮੂ ਤੋਂ ਨਹੀਂ ਆ ਸਕਦਾ ਅਸੀਂ ਉਹ ਚੀਜ਼ ਜਿਹੜਾ ਉਹ ਤੇਲ ਬਣਾਇਆ ਹੈਗਾ ਉਹਨਾਂ ਨੂੰ ਕਿੰਨੇ ਸਾਲ ਹੋ ਗਏ ਤੁਹਾਨੂੰ ਸਾਨੂੰ ਟੋਟਲ ਜੀ 2003 ਤੋਂ ਮਤਲਬ ਆਪਾਂ ਇਹ ਤੇਲ ਤਿਆਰ ਕਰਦੇ ਪਏ ਆ तकरीबन 18-19 ਸਾਲ ਹੋ ਗਏ ਹੈਗੇ ਜੀ ਇਹਨਾਂ ਲੰਮਾ ਸਮਾਂ ਹੋ ਚੁੱਕਿਆ ਹੈ ਅੱਛਾ ਮੈਨੂੰ ਇਹ ਗੱਲ ਦੱਸੋ ਵੀ ਤੁਹਾਡੇ ਕੋਲ ਕੋਈ ਇਸ ਤਰ੍ਹਾਂ ਦਾ ਮਾਮਲਾ ਵੀ ਆਇਆ ਜਿਹੜਾ ਇੱਥੇ ਆਉਣ ਤੋਂ ਪਹਿਲਾਂ ਬਿਲਕੁਲ ਨਰਾਸ਼ ਹੋ ਚੁੱਕਿਆ ਹੋਵੇ ਤੇ ਉਸ ਤੋਂ ਬਾਅਦ ਤੁਸੀਂ ਉਹਨੂੰ ਤੇਲ ਲਗਾਇਆ ਤੇਲ ਲਗਾਉਣ ਤੋਂ ਬਾਅਦ ਉਹਦਾ ਰਿਸ਼ਤਾ ਵੀ ਹੋ ਗਿਆ ਉਹਦੇ ਜਵਾਕ ਵੀ ਹੋ ਗਏ ਉਹਦੇ ਵਾਲ ਵੀ ਆ ਗਏ ਹਾਂਜੀ ਇੱਕ ਮੇਰੇ ਕੋਲ ਬਹੁਤ ਸਾਰੇ ਉਹਨਾਂ ਦੇ ਕੇਸ ਆਏ ਹੈਗੇ ਕਿ ਇੱਕ ਲੇਡੀਜ਼ ਸੀਗੀ ਉਹ ਬਿਲਕੁਲ ਗੰਜੀ ਸੀਗੀ ਨਾ ਤਾਂ ਉਹਦੇ ਪਰਵਟਿਆਂ ਦੇ ਵਾਲ ਸੀਗੇ ਨਾ ਉਹਦੇ ਸਿਰ ਦੇ ਵਾਲ ਸੀ ਉਹ ਇੱਥੇ ਆ ਕੇ ਮੇਰੇ ਕੋਲ ਰੋਣ ਲੱਗੀ ਠੀਕ ਹੈ ਜੀ ਮੇਰੇ ਕੋ ਕੋਈ ਫ੍ਰੀ ਆਫ ਕਾਸਟ ਉਹਨੂੰ ਮੈਂ ਮਤਲਬ ਬਿਲਕੁਲ ਤੇਲ ਦਿੱਤਾ ਉਹਨਾਂ ਕਹਿੰਦੇ ਦੇਖੋ ਪੈਣ ਮੈਂ ਦੇਖੋ ਤੇਲ ਦੇ ਪੈਸੇ ਨਹੀਂ ਲੈਣੇ ਹੈਗੇ ਉਹ ਕਹਿੰਦੇ ਕਿਉਂ ਮੈਂ ਕਿਹਾ ਨਹੀਂ ਤੁਸੀਂ ਮੈਨੂੰ ਦੇਖੋ ਜਿਹੜਾ ਜੈਂਟਸ ਹੈਗਾ ਆ ਉਹ ਤਾਂ ਆਪਣਾ ਦੁੱਖ ਦਰਦ ਲੁਕੋ ਸਕਦਾ ਉਹ ਲੇਡੀਜ਼ ਕਿੱਥੇ ਆਪਣਾ ਦੁੱਖ ਦਰਦ ਲੁਕਵੇ ਠੀਕ ਹੈ ਇਸ ਕਰਕੇ ਉਹਨਾਂ ਨੂੰ ਮੈਂ ਤੇਲ ਦਿੱਤਾ 2 ਤੋਂ 3 ਮਹੀਨੇ ਹੀ ਉਹਨਾਂ ਨੇ ਤੇਲ ਆਪਣਾ ਜੋਜ਼ ਕੀਤਾ ਜੋਜ਼ ਕਰਨ ਤੋਂ ਬਾਅਦ ਵਿੱਚ ਉਹਨਾਂ ਦੇ ਜਿਹੜੇ ਵਾਲਾਂ ਦੀ ਗਰੋਥ ਹੈਗੀ ਆ ਅੱਜ ਹੋਰ ਕੱਲ ਹੋਰ 10 ਤੋਂ 15 ਦਿਨ 20 ਦਿਨ ਮਹੀਨੇ ਵਿੱਚ ਉਹਨਾਂ ਦੇ ਵਾਲ ਆਣੇ ਸ਼ੁਰੂ ਹੋ ਗਏ ਉਹ ਲੇਡੀਜ਼ ਮੇਰੇ ਕੋਲ ਘਰ ਤੋਂ ਕੱਢ ਵੀ 10000 ਰੁਪਏ ਇਕੱਠਾ ਕਰਕੇ ਲੈ ਗਈ ਕਹਿੰਦੀ ਵੀ ਪਾਜੀ ਤੁਸੀਂ 10000 ਰੁਪਏ ਮੇਰੇ ਰੱਖੋ ਫੇ ਮੇਰੇ ਵਾਲ ਆ ਗਏ ਜੀ ਵਿਜੇ ਜੀ ਤੁਸੀਂ ਇੱਕ ਉਹ ਬੱਸ ਵਾਲੀ ਕਹਾਣੀ ਮੇਰੇ ਨਾਲ ਸ਼ੇਅਰ ਕੀਤੀ ਸੀ ਜਦੋਂ ਮੈਂ ਇੱਥੇ ਆਇਆ ਤੁਸੀਂ ਦੱਸਿਆ ਕਿ ਬੱਸ ਦੇ ਵਿੱਚ ਅਚਾਨਕ ਤੁਹਾਨੂੰ ਇੱਕ ਗੰਜੀ ਔਰਤ ਮਿਲੀ ਸੀ ਤੇ ਤੁਸੀਂ ਉਹਦੀ ਜ਼ਿੰਦਗੀ ਬਦਲਤੀ ਔਰ ਤੁਹਾਡੇ ਅਕਾਊਂਟ ਵਿੱਚ ਉਹਨੇ ਪੈਸਿਆਂ ਦਾ ਮੀਂਹ ਪਾਤਾ ਸੀ ਔਰ ਤੁਸੀਂ ਵਾਪਸ ਕਰਤੇ ਸੀ ਹਾਂ ਜੀ ਜੀ ਉਹ ਵੀ ਮੈਨੂੰ ਯਾਦ ਹੈ ਕਿ ਮੈਂ ਅੰਬਰਸਰ ਤੋਂ ਇੱਕ ਜਿਹੜੀ ਡੀ ਲਕਸ ਬੱਸ ਆਉਂਦੀ ਹੈਗੀ ਮਨ ਲਓ ਠੀਕ ਹੈ ਜੀ ਉਹਦੇ ਵਿੱਚ ਮੈਂ ਚੜ੍ਹਿਆ ਉਹ ਹਵੇਲੀ ਹੋਟਲ ਦੇ ਵਿੱਚ ਰੁਕੀ ਸੀਗੀ ਜਲੰਧਰ ਦੇ ਵਿੱਚ ਜਦੋਂ ਰੁਕੀ ਤਾਂ ਮੈਂ ਉਹ ਲੇਡੀਜ਼ ਨੂੰ ਦੇਖਿਆ ਤਾਂ ਉਹਦਾਂ ਦੇ ਮੈਂ ਸੋਚਿਆ ਵੀ ਇਹਨੇ ਮਤਲਬ ਸਿਰ ਦੇ ਉੱਪਰ ਮਤਲਬ ਪਰਨਾ ਟਾਈਪ ਆਉਣਾ ਮਤਲਬ ਬੰਨਿਆ ਹੋਇਆ ਸੀ ਜਦੋਂ ਨੇ ਮਤਲਬ ਲਾਇਆ ਗਰਮੀਆਂ ਦੇ ਦਿਨ ਸੀ ਤਾਂ ਉਹ ਪਰਨੇ ਦੇ ਨਾਲ ਆਪਣਾ ਮਤਲਬ ਥੋੜਾ ਜਿਹਾ ਕਿ ਗਰਮੀ ਜਿਹੀ ਪੂਜਣ ਲੱਗ ਗਈ ਠੀਕ ਹੈ ਮਨ ਲਗਾ ਮੈਂ ਕਿਹਾ ਭੈਣ ਜੀ ਦੇ ਤੁਸੀਂ ਮਤਲਬ ਮੇਰਾ ਤੇਲ ਇੱਕ ਆਂਦਾ ਹੈਗਾ ਤੁਸੀਂ ਇਹ ਯੂਜ਼ ਕਰ ਲਓ ਉਹ ਕਹਿੰਦੇ ਵੀ ਨਹੀਂ ਮੈਂ ਕੋਈ ਤੇਲ ਨਹੀਂ ਯੂਜ਼ ਕਰਦੀ ਮੈਂ ਕਿਹਾ ਮੇਰਾ ਨੰਬਰ ਲੈ ਲਓ ਕਹਿੰਦੇ ਮੈਂ ਕਿਉਂ ਤੁਹਾਡਾ ਨੰਬਰ ਲਵਾਂ ਮੈਨੂੰ ਖਿੱਚ ਕੇ ਪਾਈ ਮੈਂ ਕਿਹਾ ਭੈਣ ਤੂੰ ਮੇਰੇ ਥੱਪੜ ਵੀ ਮਾਰ ਦੋ ਮੈਂ ਨਾ ਮੈਂ ਉਹ ਥੱਪੜ ਵੀ ਚੱਲੂਗਾ ਕਿਉਂਕਿ ਮੈਨੂੰ ਤੁਹਾਡਾ ਦੋਖ ਕਹਿੰਦੇ ਭਾਜੀ ਤੁਸੀਂ ਮੈਨੂੰ ਇੱਕ ਨੰਬਰ ਦਿੱਤਾ ਸੀਗਾ ਵੀ ਮੈਨੂੰ ਤੁਸੀਂ ਤੇਲ ਦੀਆਂ ਸ਼ੀਸ਼ੀਆਂ ਭੇਜੋ ਮੈਂ ਤਿੰਨ ਸੀਸੀ ਉਹਨਾਂ ਤੇਲ ਦੀਆਂ ਭੇਜੀਆਂ ਜਦੋਂ ਤਿੰਨ ਸੀਸੀਆਂ ਭੇਜੀਆਂ ਉਹ ਤਿੰਨ ਤੋਂ ਚਾਰ ਮਹੀਨੇ ਵਿੱਚ ਉਹਦਾ ਨੇ ਬਾਲ ਵੱਡੇ ਵੱਡੇ ਹੋ ਗਏ ਜਿਹਦਾ ਬੋਵੀ ਕੱਟ ਨਹੀਂ ਹੁੰਦੇ ਮਤਲਬ ਉਹਨਾਂ ਦੇ ਬਾਲ ਆ ਗਏ ਮਤਲਬ ਉਹਨਾਂ ਨੇ ਮੈਨੂੰ ਕਿਹਾ ਵੀ ਮੇਰੇ ਬਾਲ ਆ ਗਏ ਹੈਗੇ ਤੁਹਾਨੂੰ ਤੁਹਾਨੂੰ ਯਕੀਨ ਹੈਗਾ ਸੀ ਬਿਲਕੁਲ ਮੈਨੂੰ 100% ਯਕੀਨ ਸੀਗਾ ਮੈਨੂੰ ਪਤਾ ਸੀਗਾ ਕਿ ਮੇਰਾ ਜਿਹੜਾ ਤੇਲ ਹੈਗਾ ਬਹੁਤ ਵਧੀਆ ਹੈਗਾ ਔਰ ਉਹਨਾਂ ਨੇ ਕਿਹਾ ਵੀ ਮੈਨੂੰ ਜਿਹੜੇ ਤੁਸੀਂ ਤੇਲ ਦਾ ਆਪਣਾ ਅਕਾਊਂਟ ਨੰਬਰ ਭੇਜੋ ਚਲੋ ਹੁਣ ਅੱਜ ਕੱਲ ਤਾਂ ਚਲੋ Google Pay ਚੱਲ ਆਇਆ ਸਾਰੇ ਬਹੁਤ ਫਾਸਟ ਹੋ ਗਿਆ ਉਸ ਵੇਲੇ ਤਾਂ ਕੋਈ Google Pay ਨਹੀਂ ਚੱਲਦਾ ਕੋਈ ਕੁਝ ਨਹੀਂ ਮੈਂ ਬੜਾ ਹੈਰਾਨ ਹੋਇਆ ਮੈਂ ਕਿ ਜੀ ਮੇਰੇ ਅਕਾਊਂਟ ਵਿੱਚ 25000 ਰੁਪਏ ਆ ਗਿਆ ਕਿਉਂਕਿ ਮੈਰੀ ਜਿਹੜੀ ਤੇਲ ਦੀਆਂ ਕੀਮਤਾਂ ਤਾਂ ਇੰਨੇ ਜ਼ਿਆਦਾ ਹੈ ਨਹੀਂ ਸੀ ਮੇਰਾ ਜਿਹੜਾ ਤੇਲ ਹੈਗਾ ਉਹ ਤਾਂ ਬਾਅਦ ਤੋਂ ਆ 2000 ਦਾ 1800 ਨਹੀਂ ਤਾਂ 1600 ਸੀ 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 ਸੋ ਅ ਵਿਜੇ ਜੀ ਇੱਕ ਹੋਰ ਵੱਡਾ ਸਵਾਲ ਇੱਥੇ ਹੈਗਾ ਕਿ ਤੁਹਾਡਾ ਬੜਾ ਦੋ ਦਹਾਕੇ ਤੁਸੀਂ ਕਹਿ ਰਹੇ ਹੋ ਕਿ ਦੋ ਦਹਾਕੇ ਤੋਂ ਵੀ ਜ਼ਿਆਦਾ ਦਾ ਸਮਾਂ ਹੋ ਗਿਆ ਤੁਹਾਨੂੰ ਜਿਹੜਾ ਵਾਲਾਂ ਵਾਲੇ ਪਾਸੇ ਜਿਹੜੇ ਝੜਨ ਤੋਂ ਵਾਲ ਤੁਸੀਂ ਰੋਕਦੇ ਹੋ ਤੁਸੀਂ ਕਾਰਨ ਕੀ ਮੰਨਦੇ ਹੋ ਅੱਜ ਕੱਲ ਤੁਹਾਡੇ ਕੋਲ ਕਿਉਂਕਿ ਇੰਨੇ ਪੇਸ਼ੀਐਂਟ ਹੈਗੇ ਨੇ ਤੁਹਾਡੇ ਲਗਭਗ ਹਰ ਮੈਡੀਕਲ ਸਟੋਰ ਦੇ ਉੱਤੇ ਜਿਹੜਾ ਤੁਹਾਡਾ ਇਹ ਆਇਲ ਮਿਲ ਜਾਂਦਾ ਹੈ ਪੰਜਾਬ ਦੇ ਵਿੱਚੋਂ ਜਾਂ ਰਾਜਸਥਾਨ ਦਿੱਲੀ ਦੇ ਵਿੱਚ ਵੀ ਤੁਸੀਂ ਕਹਿ ਰਹੇ ਹੋ ਤੁਹਾਡੇ ਮੁਤਾਬਕ ਜਿਹੜਾ ਇਹ ਤੇਲ ਹੈਗਾ ਤੇਲ ਬਣਾਉਂਦੀ ਤੁਹਾਨੂੰ ਜ਼ਰੂਰਤ ਕਿਉਂ ਪਈ ਕਾਰਨ ਕੀ ਮੰਨਦੇ ਹੋ ਤੁਸੀਂ ਦੇਖੋ ਸਰ ਕਾਰਨ ਇਹਦਾ ਹੈਗਾ ਇੱਕੋ ਇੱਕ ਕਾਰਨ ਹੈਗਾ ਦੇਖੋ ਪਹਿਲੇ ਪੁਰਾਣੇ ਸਮਿਆਂ ਦੇ ਵਿੱਚ ਸਾਡੇ ਬਜ਼ੁਰਗ ਸਾਡੀਆਂ ਬੀਬੀਆਂ ਲੱਸੀ ਦੇ ਨਾਲ ਸਾਡੇ ਬਾਲਾਂ ਨੂੰ ਧੋਂਦਿਆਂ ਸੀਆਂ ਨੋਹਾਂ ਦਿਆਂ ਸੀ ਠੀਕ ਹੈ ਜੀ ਕਦੇ ਸਾਡੇ ਬਾਲ ਨਹੀਂ ਸੀ ਝੜਦੇ ਜਦੋਂ ਤੋਂ ਕੈਮੀਕਲ بیس ਸ਼ੈਂਪੂ ਜਾਂ ਸਾਬਣ ਆਏ ਹੈਗੇ ਆ ਇਹਨਾਂ ਨੇ ਸਾਡੇ ਬਾਲਾਂ ਦਾ ਬਿਲਕੁਲ ਬੇੜਾਗਰਕ ਕਰ ਦਿੱਤਾ ਹੈਗਾ ਸਾਡੇ ਵਾਲ ਝੜਨੇ ਸ਼ੁਰੂ ਹੋ ਗਏ ਚਿੱਟੇ ਹੋਣੇ ਸ਼ੁਰੂ ਹੋ ਗਏ ਬੇੜਾ ਕਰਕੇ ਤੁਸੀਂ ਤਾਂ ਕਹੋ ਜੀ ਕਿ ਤੁਹਾਡੇ ਜਿਹੜੇ ਹਾਲੇ-ਤਾਲੀ ਦੇ ਦੁਕਾਨਦਾਰੀਆਂ ਨੇ ਸ਼ੈਂਪੂ ਤੇ ਸਾਬਣਾਂ ਨੇ ਚਲਾਈਆਂ ਹੋਈਆਂ ਨੇ ਵਾਲਾਂ ਦੇ ਪਰ ਮਾਫ ਕਰਨਾ ਆਪਾਂ ਗੱਲ ਪੂਰੀ ਕਰਦੇ ਹਾਂ ਪਰ ਬੜੇ ਪਰਮਾਉਣ ਵਾਲੇ ਜਿਹੜੇ ਇਸ਼ਤਿਹਾਰ ਨੇ ਵਿਜੇ ਜੀ ਮਾਫ ਕਰਨਾ ਉਹ ਅੱਜਕੱਲ ਮਾਰਕੀਟ ਦੇ ਵਿੱਚ ਬੜੇ ਧੂਮ ਧੜੱਕੇ ਨਾਲ ਚੱਲ ਰਹੇ ਨੇ ਗੰਜਾਪਨ ਦੂਰ ਕਰੋ ਦਸਾ ਦਿਨਾਂ ਦੇ ਵਿੱਚ ਵਾਲ ਲਿਆਓ ਕੀ ਸੱਚ ਹੈ ਇਹ ਚੀਜ਼ਾਂ ਸੱਚ ਹੈਗੇ ਨੇ ਕਿ 10 ਦਿਨਾਂ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ ਵਾਲ ਆ ਸਕਦੇ ਨੇ ਨਹੀਂ ਜੀ ਦੇਖੋ 10 ਦਿਨਾਂ ਚ ਵਾਲ ਨਹੀਂ ਆ ਸਕਦੇ ਨਾ ਕਿਸੇ ਦੇ ਵਾਲ ਆਏ ਹੈਗੇ ਠੀਕ ਹੈ ਜੀ ਵਾਲ ਆਉਣ ਨੂੰ ਘੱਟੋ ਘੱਟ ਇੱਕ ਮਹੀਨਾ ਮਤਲਬ ਸ਼ੁਰੂਆਤ ਕਰੋ ਤੋਂ ਨੂੰ 15 ਦਿਨ ਲੱਗਦੇ ਹੈਗੇ ਪਹਿਲਾਂ ਲੋਇਂਜੇ ਸ਼ੁਰੂ ਹੁੰਦੀ ਹੈਗੇ ਲੋਇਂਜੇ ਸ਼ੁਰੂ ਹੋਣ ਤੋਂ ਬਾਅਦ ਵਿੱਚ ਵਾਲ ਹਲਕੇ ਹਲਕੇ ਨਜ਼ਰ ਆਉਂਦੇ ਹੈਗੇ ਜਿਹੜੇ ਮੰਨ ਲਓ ਆਪਣੇ ਹੱਥ ਵਿੱਚ ਆਣੇ ਸ਼ੁਰੂ ਹੋ ਜਾਂਦੇ ਆ ਠੀਕ ਹੈ ਜੀ ਇਹ ਕੈਮੀਕਲ بیس ਸ਼ੈਂਪੂਆਂ ਨੇ ਮਤਲਬ ਜਿਹੜੇ ਹੈਗੇ ਮੰਨ ਲਓ ਜਿੰਨੇ ਵੀ ਬੰਦੇ ਮਤਲਬ ਕੋਈ ਵੀ ਆ ਕੋਈ ਇਹੋ ਜਿਹੇ ਮਤਲਬ ਜਿਹੜੇ ਕੈਮੀਕਲ ਬੇਸ ਜਿਹੜੇ ਤੇਲ ਵੀ ਆਉਂਦੇ ਹੈਗੇ ਮੈਂ ਇਹ ਨਹੀਂ ਕਹਿੰਦਾ ਹੈਗਾ ਵੀ ਕੱਲੇ ਸ਼ੈਂਪੂ ਸਾਬਣਾਂ ਦੇ ਆ ਬਾਲਾਂ ਦੇ ਤੇਲ ਵੀ ਬਹੁਤ ਆਉਂਦੇ ਆ ਕੱਲੀ ਫ੍ਰੈਗਰੈਂਸ ਪਾਉਂਦੇ ਆ ਫ੍ਰੈਗਰੈਂਸ ਪਾ ਕੇ ਉਹ ਦੇ ਦਿੰਦੇ ਹੈਗੇ ਠੀਕ ਹੈ ਉਹਨਾਂ ਨੇ ਆਪਣੇ ਪੈਸੇ ਲੈਣੇ ਆ ਯਾਰ ਆਯੁਰਵੇਦ ਦੇ ਕੁਝ ਪਿਓਰ ਵਿਧੀ ਦੇ ਨਾਲ ਮਤਲਬ ਕੋਈ ਵੀ ਬੰਦਾ ਨਹੀਂ ਤੇਲ ਬਣਾਉਂਦਾ ਹੈਗਾ ਅਸੀਂ ਪਿਓਰ ਵਿਧੀ ਨਾਲ ਤੇਲ ਬਣਾਉਂਦੇ ਆ ਤੁਹਾਡਾ ਕਹਿਣ ਦਾ ਭਾਵੇਂ ਇਹ ਕਿ ਜਿਹੜੇ ਮਾਰਕੀਟ ਦੇ ਵਿੱਚ ਇਸ ਵੇਲੇ ਖੁਸ਼ਬੂਦਾਰ ਤੇਲ ਚੱਲੇ ਹੋਏ ਨੇ ਸਾਡੇ ਸਿਰਾਂ ਦਾ ਸਾਡੇ ਦਿਮਾਗਾਂ ਦਾ ਤੇ ਸਾਡੇ ਮੂੰਹ ਮਹਾਂਦਰ ਦਾ ਬੇੜਾਗਰ ਕੋ ਤੇ ਲਓ ਤੁਸੀਂ ਜਿਹੜਾ ਮਤਲਬ ਵਿਧੀ ਦੇ ਅਨੁਸਾਰ ਜੋਗ ਦੇ ਅਨੁਸਾਰ ਕੋਈ ਵੀ ਚੀਜ਼ ਬਣੀ ਹੋਈ ਆ ਉਹ ਤੁਸੀਂ ਯੂਜ਼ ਕਰੋ ਠੀਕ ਆ ਕੈਮੀਕਲ ਵੇਸ ਨਾ ਤਾਂ ਸ਼ੈਂਪੂ ਲਾਉ ਨਾ ਤੁਸੀਂ ਸਾਬਣ ਲਾਓ ਜਿਨ੍ਹਾਂ ਨਾਲ ਤੁਹਾਨੂੰ ਪ੍ਰੋਬਲਮ ਆਦੀ ਤੁਹਾਡਾ ਚਲੋ ਬੇੜਾਗਰ ਕਰਦੇ ਕਰਦੇ ਆ ਠੀਕ ਆ ਠੀਕ ਹੈ ਜੀ ਹੋਰ ਇਹਦੇ ਵਿੱਚ ਕੋਈ ਗੱਲ ਨਹੀਂ ਹੈਗੀ ਠੀਕ ਹੈ ਜੀ ਅਸੀਂ ਤੇ ਇਹ ਗੱਲ ਕਹਿੰਨੇ ਪਿਓਰ ਆਯੁਰਵੇਦ ਕੋਈ ਵੀ ਚੀਜ਼ ਲੋ ਕੈਮੀਕਲ ਬੇਸ ਵਾਲੀ ਨਾ ਲਓ ਪਿਓਰ ਆਯੁਰਵੇਦ ਕਹਿੰਜੀ ਤੁਸੀਂ ਇੱਥੇ ਫਾਰਮੂਲਾ ਰੱਖਿਆ ਵੀ ਹੋਇਆ ਰੋਜ਼ਾਨਾ ਇਹ ਤੁਸੀਂ ਫਿਰ ਫਾਰਮੂਲਾ ਇੱਥੇ ਰੱਖਣ ਦਾ ਕੀ ਮਕਸਦ ਹੈਗਾ ਰੱਖਣ ਦਾ ਸਰ ਇਹ ਮਕਸਦ ਹੈਗਾ ਜਿਹੜਾ ਫਾਰਮੂਲਾ ਹੈਗਾ ਕੋਈ ਵੀ ਸਾਡਾ ਮਤਲਬ ਭੈਣ ਭਰਾ ਕੋਈ ਵੀ ਸਾਡਾ ਮਤਲਬ ਹੈਗਾ ਵੀਰ ਉਹ ਆਪਣਾ ਫਾਰਮੂਲਾ ਸਾਡੇ ਕੋਲ ਲੈ ਕੇ ਲਿਜਾ ਸਕਦਾ ਆਪਣੇ ਘਰ ਜਾ ਕੇ ਜੁਸ ਕਰ ਸਕਦਾ ਬਣਾ ਸਕਦਾ ਹੈਗਾ ਠੀਕ ਹੈ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਸਾਡੀ ਆਪਣੀ ਬਣਾਉਣ ਦੀ ਵਿਧੀ ਦਾ ਵੱਖਰਾ ਹੈਗਾ ਢਾਂਗ ਹੈਗਾ ਠੀ ਤੁਹਾਡੇ ਕੋਲ ਆ ਕੇ ਸਿੱਖ ਸਕਦਾ ਬਿਲਕੁਲ ਸਿੱਖ ਸਕਦਾ ਅਸੀਂ ਸਿਖਾਵਾਂਗੇ ਫ੍ਰੀ ਆਫ ਕਾਸਟ ਵਿਚ ਆਪਾਂ ਸੁਣਾ ਸਿਖਾਵਾਂਗੇ ਉਹਨੂੰ ਅਸੀਂ ਉਹਦਾ ਕੋਈ ਚਾਰਜ ਨਹੀਂ ਲਾਵਾਂਗੇ ਬਿਲਕੁਲ ਫ੍ਰੀ ਆਫ ਕਾਸਟ ਉਹਨੂੰ ਆਪਾਂ ਸਿਖਾਵਾਂਗੇ ਸਰ ਜੀ ਜੀ ਇੱਕ ਹੋਰ ਸਵਾਲ ਆਖਿਰ ਦੇ ਵਿੱਚ ਸਵਾਲ ਇਹ ਹੈ ਕਿ ਜਿਹੜਾ ਤੁਹਾਡਾ ਤੇਲ ਤੁਸੀਂ ਇੱਥੋਂ ਦੇ ਦਿੰਦੇ ਹੋ ਕਿੰਨੇ ਲੋਕਾਂ ਦੇ ਉੱਤੇ ਕੰਮ ਨਹੀਂ ਕਰਦਾ ਲੋਕ ਕਹਿੰਦੇ ਨੇ ਪੁੱਛਦੇ ਨੇ ਕਿ ਕਿੰਨਾ ਉੱਤੇ ਕੰਮ ਕਰਦਾ ਮੈਂ ਤੁਹਾਡੇ ਕੋਲੇ ਪੁੱਛਦਾ ਕਿ ਜਿਹੜਾ ਤੇਲ ਹੈਗਾ ਕਿਹੜੇ ਲੋਕਾਂ ਦੇ ਉੱਤੇ ਕੰਮ ਨਹੀਂ ਕਰਦਾ ਦੇਖੋ ਜੀ ਇਹ ਜਿਹੜਾ ਲੋਕਾਂ ਦੇ ਉੱਪਰ ਉਹਨਾਂ ਦੇ ਜਿਨ੍ਹਾਂ ਦੇ ਲੋਕੀ ਜਿਹੜੇ ਹੈ ਦੇਖੋ ਹੁਣ ਇੱਥੋਂ ਲੈ ਕੇ ਸਾਡੇ ਕੋਲ ਤੇਲ ਚਲੰਦੇ ਆ ਸਾਰੀ ਸਾਰੀ ਰਾਤ ਟੀਵੀ ਮੂਰੇ ਬੈਠੇ ਰਹਿਣਾ ਉਹਨਾਂ ਨੇ ਮੋਬਾਈਲ ਉੱਪਰ ਲੱਗੇ ਰਹਿਣਾ ਠੀਕ ਆ ਜੀ ਇੱਥੋਂ ਜਾ ਕੇ ਤੇਲ ਸਾਡਾ ਲੈ ਜਾਣਾ ਆਯੁਰਵੇਦਿਕ ਠੀਕ ਆ ਸ਼ੈਂਪੂ ਵੀ ਜਾ ਕੇ ਦੂਸਰਾ ਲਾ ਲੈਣਾ ਕੈਮੀਕਲ 베ਸ ਲੈਣਾ ਉਹਨਾਂ ਲੋਕਾਂ ਦੇ ਉੱਪਰ ਨਹੀਂ ਇਹ ਕੰਮ ਕਰੇਗਾ ਠੀਕ ਆ ਜੀ ਜ ਦਿੱਗਾ ਅਗਰ ਆਪਾਂ ਨੀਂਦ ਮਤਲਬ ਸਹੀ ਤਰੀਕੇ ਨਾਲ ਨਹੀਂ ਸੌਂਦੇ ਹੈਗੇ ਤਾਂ ਵੀ ਸਾਡਾ ਤੇਲ ਨਹੀਂ ਕੰਮ ਕਰਦਾ ਖਾਣ ਪੀਣ ਵੀ ਕਿਤੇ ਨਾ ਕਿਤੇ ਇਫੈਕਟ ਕਰਦਾ ਖਾਣ ਪੀਣ ਕਰਦੇ ਆ ਜਦੋਂ ਆਪਾਂ ਪੀਜ਼ਾ ਬਰਗਰ ਫੂਡ ਸਪਲੀਮੈਂਟ ਕੋਈ ਵੀ ਚੀਜ਼ਾਂ ਲੈਨੇ ਇਦਾਂ ਦੀਆਂ ਚੀਜ਼ਾਂ ਲੈਨੇ ਜਿਨ੍ਹਾਂ ਦੇ ਮਤਲਬ ਸਾਨੂੰ ਨੁਕਸਾਨ ਕਰਦੇ ਹੈਗੇ ਉਹ ਚੀਜ਼ਾਂ ਵੀ ਇਹਨਾਂ ਦੇ ਵਿੱਚ ਹਿੱਸੇਦਾਰ ਹੈਗੀਆਂ ਆ ਜੀ ਜੀ ਹਾਂਜੀ ਸੋ ਬਹੁਤ ਬਹੁਤ ਸ਼ੁਕਰੇ ਵਿਜੇ ਜੀ ਤੁਹਾਡੀ ਗੱਲਬਾਤ ਹੈ ਜਿਹੜੀ ਢੀਲੋ ਸਾਹਿਬ ਨਾਲ ਵੀ ਕਰਾਵਾਂਗੇ ਜਿਹੜੇ ਪਿਛਲੇ 2 ਦਹਾਕੇ ਤੋਂ ਵੱਧੇ ਸਮੇਂ ਨਾਲ ਜੁੜੇ ਹੋਏ ਨੇ ਪਰ ਇੱਕ ਬੱਚਾ ਹੈਗਾ 18 ਕੁ ਸਾਲ ਦਾ 15 ਸਾਲ ਦਾ ਉਹ ਉਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇੱਥੇ ਕਿਉਂ ਬੈਠਾ ਹੈ ਵਾਰ-ਵਾਰ ਬੜੇ ਗੌਰ ਨਾਲ ਮੈਨੂੰ ਦੇਖ ਰਿਆ ਸੀ ਕਿ ਨਾਂ ਹੈ ਤੁਹਾਡਾ ਸਰ ਮੇਰਾ ਨਾਮ ਸ਼ੁਭਮ ਜਿੰਦ ਸਿੰਘ ਨਿਗਾ ਫਰੋਂ ਲੋਧੀਪੁਰ ਜ਼ਿਲ੍ਹਾ ਨਵਾਂਸ਼ਹਿਰ ਤੋਂ ਅੱਛਾ ਤੇ ਤੁਸੀਂ ਸਾਰੇ ਚੀਜ਼ਾਂ ਨੂੰ ਬੜੇ ਗੌਰ ਨਾਲ ਦੇਖ ਰਹੇ ਸੀ ਮੈਨੂੰ ਵੀ ਬੜੇ ਗੌਰ ਨਾਲ ਦੇਖੀ ਜਾ ਰਹੇ ਮੈਨੂੰ ਤਾਂ ਸ਼ਰਮ ਆ ਗਈ ਹੈ ਤੁਹਾਡੇ ਤੋਂ ਆਏ ਦੱਸੋ ਤੁਸੀਂ ਇੱਥੇ ਕਿਵੇਂ ਬੈਠੇ ਹੋ ਥੋੜਾ ਸਾਰਾ ਕੁਝ ਠੀਕ ਠਾਕ ਹੈ ਸਰ ਮੇਰੀ ਬੀਅਰਡ ਗਰੋਥਿੰਗ ਦੀ ਪ੍ਰੋਬਲਮ ਸੀਗੀ ਮੇਰੀ ਬੀਅਰਡ ਗਰੋਥ ਨਹੀਂ ਹੋ ਰਹੀ ਸੀਗੀ ਤੇ ਮੇਰੇ ਫਰੈਂਡਸ ਵਾਰਾ ਕਾਫੀ ਸਾਰੇ ਬੀਅਰਡ ਆਗੇ ਸੀ ਕਿ ਮੈਂ ਬਹੁਤ ਔਕਵਰਡ ਫੀਲ ਕਰਦਾ ਸਣਾ ਨਾ ਰਹਿਣਾ ਵੀ ਤੇ ਮੇਰੇ ਇੱਕ ਫਰੈਂਡ ਨੇ ਨਾ ਤੇਲ ਸੁਜੈਸਟ ਕੀਤਾ ਤੇ ਮੈਂ ਇੱਕ ਦੋ ਮਹੀਨੇ ਤੋਂ ਯੂਜ਼ ਕਰ ਰਿਹਾ ਤੇ ਮੈਨੂੰ ਬਹੁਤ ਹੀ ਵਧੀਆ ਰਿਜ਼ਲਟ ਦੇਖਣ ਨੂੰ ਮਿਲਿਆ ਆ ਤੇ ਇਸੇ ਕਰਕੇ ਮੈਂ ਹੋਰ ਸ਼ੀਸ਼ੀ ਪਰਚੇਸ ਕਰਨ ਆਇਆ ਸੀਗਾ ਇੱਥੇ ਵੀ ਤੁਹਾਡੀ ਮੇਰੀ ਮੁਲਕਾਤ ਮੁਲਾਕਾਤ ਤੁਹਾਣਾ ਹੋ ਗਈ ਅੱਛਾ ਤੇ ਪਹਿਲਾਂ ਮਤਲਬ ਤੁਹਾਡੀ ਜਿਹੜੀ ਬੀਅਰਡ ਸੀ ਥੋੜੀ ਦਾੜੀ ਦੀ ਗਰੋਥ ਘੱਟ ਸੀ ਵਾਲ ਹੈ ਨਹੀਂ ਸੀ ਸੋ ਫਿਰ ਕਿਹੋ ਜਿਹੀਆਂ ਸਮੱਸਿਆਵਾਂ ਹੁੰਦੀਆਂ ਸੀ ਅ ਸਰ ਮੇਨੂੰ ਮੋਟਰਸਾਈਕਲ ਚਲਾਉਂਦੇ ਸੀ ਆ ਪੁਲਿਸ ਵਾਲੇ ਰੋਕ ਲੈਂਦੇ ਹੋਣਗੇ ਵੀ ਤੇਰੀ ਤਾਂ ਉਮਰ ਨਹੀਂ ਹੈਗੀ ਹਜੇ ਅ ਸਰ ਇਹ ਵੀ ਬਹੁਤ ਵੱਡੀ ਸਮੱਸਿਆ ਸੀ ਕਿ ਤੇ ਮੈਨੂੰ ਤਾਂ ਸਰਾਇਆ ਸੀਗੇ ਆਪਣੇ ਫਰੈਂਡਸ ਵਗੈਰਾ ਵਿੱਚ ਬਹੁਤ ਜ਼ਿਆਦਾ ਬੰਦਾ ਅਕਵਰਡ ਫੀਲ ਕਰਦਾ ਆ ਜਦੋਂ ਮੈਂ ਉਹਨਾਂ ਦੀ ਕੰਪਨੀ ਜੁਆਇਨ ਕਰਦਾ ਸੀਗਾ ਮੈਨੂੰ ਬਹੁਤ ਜ਼ਿਆਦਾ ਅਨਕੰਫਰਟੇਬਲ ਫੀਲ ਹੁੰਦਾ ਸੀਗਾ ਉਹਨਾਂ ਸਾਰੇ ਬੀਅਰ ਬਹੁਤ ਵਧੀਆ ਆਈ ਸੀਗੀ ਉਹ ਸਟਾਈਲ ਵਗੈਰਾ ਬਹੁਤ ਵਧੀਆ ਕਰਦੇ ਸੀਗੇ ਤੇ ਬੀਅਰ ਆਪਣੀ ਪਰਸਨੈਲਿਟੀ ਨੂੰ ਬਹੁਤ ਗੁੱਡ ਬਣਾਦੀ ਆ ਤੇ ਫਿਰ ਜਦੋਂ ਤੇਲ ਯੂਜ਼ ਕੀਤਾ ਉਸ ਟਾਈਮ ਦੇ ਬਾਅਦ ਚੋਂ ਹੁਣ ਮੈਂ ਆਪਣੇ ਨੂੰ ਕਾਫੀ ਠੀਕ ਫੀਲ ਕਰਦੇ ਬਹੁਤ ਹੀ ਮੈਂ ਸਰਟੀਫਾਈ ਕਰਨਾ ਹੈ ਦੇ ਰਿਜ਼ਲਟ ਤੋਂ ਅੱਛਾ ਕਿਵੇਂ ਯੂਜ਼ ਕਿਵੇਂ ਕਰਨਾ ਹੈ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਨੇ ਹਾਂ ਸਰ ਯੂਜ਼ ਕਰਨ ਦਾ ਤਰੀਕਾ ਬਹੁਤ ਹੀ ਸਿੰਪਲ ਹੈ ਆਪਾਂ ਬਸ 5-6 ਡ੍ਰੌਪਸ ਇਹਨੂੰ ਲੈਣੀਆਂ ਤੇ 1-2 ਮਿੰਟ ਆ ਆਪਣੇ ਆਪਣੇ ਫੇਸ ਤੇ ਜਿੱਥੇ ਤੁਸੀਂ ਬਾਹਰ ਲਿਆਣੇ ਆ ਉੱਥੇ ਆ ਉਹਨੂੰ ਅਪਲਾਈ ਕਰਨਾ ਹੈ ਤੇ ਇਹ 20 20 ਡੇਸ ਦੇ ਵਿੱਚ ਵਿੱਚ ਆਪਣਾ ਰਿਜ਼ਲਟ ਦਿਖਾਣਾ ਸ਼ੁਰੂ ਕਰ ਦਿੰਦਾ ਹੈ ਅੱਛਾ 20 ਡੇਸ ਦੇ ਵਿੱਚ ਤੁਹਾਨੂੰ ਕਿੰਨਾ ਟਾਈਮ ਲੱਗਿਆ ਸੀ ਸਰ ਮੈਨੂੰ ਵੀ 20-21 ਦਿਨਾਂ ਦੇ ਵਿੱਚ ਵੀ ਜਿਹੜਾ ਰਿ ਜੀ ਜੀ ਬਹੁਤ ਬਹੁਤ ਸ਼ੁਕਰੀਆ ਸੋ ਤੁਹਾਡੀ ਮੁਲਾਕਾਤ ਹੈ ਜਿਹੜੀ ਢਿੱਲੋਂ ਸਾਹਿਬ ਨਾਲ ਕਰਵਾਣੇ ਆ ਜਿਹੜੇ ਕਿ ਪਿਛਲੇ 2 ਦੁਹਾਕਿਆਂ ਤੋਂ ਵੀ ਵੱਧੇ ਸਮੇਂ ਤੋਂ ਇੱਥੇ ਸੇਵਾ ਦੇ ਵਿੱਚ ਲੱਗੇ ਹੋਏ ਨੇ ਢਿੱਲੋਂ ਸਾਹਿਬ ਬਹੁਤ ਬਹੁਤ ਸਵਾਗਤ ਹੈ ਕੀਕ ਟੀਵੀ ਪੰਜਾਬੀ ਬਹੁਤ ਬਹੁਤ ਸਵਾਗਤ ਹੈ ਜੀ ਤੇ ਕੀ ਕਹੋਗੇ ਫਿਰ ਅੱਜ ਸਾਰੇ ਗੱਲਾਂ ਬਾਤਾਂ ਤੋਂ ਬਾਅਦ ਤੁਸੀਂ ਇੱਥੇ ਆਉਣੇ ਬੜੇ ਗੌਰ ਨਾਲ ਹਰ ਇੱਕ ਚੀਜ਼ ਦਾ ਖਿਆਲ ਰੱਖਦੇ ਹੋ ਕੀ ਮੰਨਣਾ ਹੈ ਤੁਹਾਡਾ ਵਾਲਿਆਂ ਨੂੰ ਲੈ ਕੇ ਬੜਾ ਵੱਡਾ ਤਜਰਬਾ ਹੈਗਾ ਲੋਕਾਂ ਨੂੰ ਕਿਹੜੇ ਵਹਿਮਾਂ ਦੇ ਵਿੱਚੋਂ ਕੱਢੋਂਗੇ ਇਸ ਵੀਡੀਓ ਦੇ ਜ਼ਰੀਏ ਵੀਡੀਓ ਹੈ ਜਿਹੜੀ ਵਾਲਾਂ ਨਾਲ ਸੰਬੰਧਿਤ ਜਿੰਨੀਆਂ ਸਮੱਸਿਆਵਾਂ ਹੈਗੀਆਂ ਮੈਨੂੰ ਲੱਗਦਾ ਹੈ ਕਿ ਉਹ ਜਿੰਨੇ ਵਹਿਮ ਭਰਮ ਸਾ ਨੇ ਪਾਲੇ ਹੋਏ ਨੇ ਚਾਹੇ ਸ਼ੈਂਪੂ ਨੇ ਸਾਬਣਾਂ ਨੇ ਤੇ ਉਹਨਾਂ ਦਾ ਇਸਤੇਮਾਲ ਕਿਸ ਤਰੀਕੇ ਨਾਲ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਟਲੋਂ ਸਭ ਦੇਖੋ ਇਹ ਵਹਿਮ ਭਰਮ ਨਹੀਂ ਸਚਾਈ ਹੈ ਇੱਕ ਵੀ ਸ਼ੈਂਪੂ ਵਰਤਰੇ ਕੈਮੀਕਲ ਯੁਕਤ ਸਾਬਣ ਵਰਤਰੇ ਆਪਾਂ ਇਹ ਸਾਈਡ ਇਫੈਕਟ ਪਾਉਂਦੇ ਹੀ ਪਾਉਂਦੇ ਨੇ ਇਹਨਾਂ ਚੀਜ਼ਾਂ ਨੇ ਇਹ ਸਾਰਾ ਵਾਲਾਂ ਦਾ ਸੱਤਿਆਨਾਸ਼ ਕੀਤਾ ਹੋਇਆ ਜੀ ਤੇ ਇਹ ਬਿਲਕੁਲ ਵੀ ਵਰਤਣੇ ਨਹੀਂ ਚਾਹੀਦੇ ਜੋ ਵੀ ਆਯੁਰਵੈਦਿਕ ਚੀਜ਼ਾਂ ਆਪਾਂ ਜੜੀ ਬੂਟੀਆਂ ਵਿਜੇ ਜੀ ਨੇ ਖੋਜ ਕੀਤੀ ਹੋਈ ਜੜੀ ਬਹੁਤ ਵੱਡੀ ਖੋਜ ਆ ਹੈ ਇੱਕ ਤੇ ਇਹ ਤੇਲ ਵਰਤੋਂ ਦੇ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਰਹੇਗੀ اچھا ਇਹ ਦੱਸੋ ਕਿ ਤੁਹਾਡੀ ਮੁਲਾਕਾਤ ਹੈ ਜਿਹੜੀ ਵਿਜੇ ਹੋਰ ਨਾਲ ਕਿਵੇਂ ਹੋਈ ਸੀ ਤੁਸੀਂ ਦੱਸ ਰਹੇ ਸੀ ਕਿ ਬੜਾ ਇੰਟਰਸਟਿੰਗ ਵਾਕਿਆ ਹੈਗਾ ਤੁਸੀਂ ਆਪਣੀਆਂ ਬੱਚੀਆਂ ਵਾਸਤੇ ਤੇਲ ਲੈ ਕੇ ਗਏ ਸੀ ਉਹ ਕੀ ਕਿੱਸਾ ਹੈਗਾ ਤਾਂ ਵਿਜੇ ਜੀ ਮੈਨੂੰ ਮਾਰਕੀਟ ਮਿਲੇ ਸੀ ਇੱਕ ਵਾਰੀ ਤੇ ਮੈਂ ਬੱਚੀਆਂ ਵਾਸਤੇ ਤੇਲ ਲੈ ਕੇ ਗਿਆ ਉਹਨਾਂ ਤੇ ਕੀ ਪ੍ਰੋਬਲਮ ਸੀ ਬਾਲ ਝੜ ਰਹੇ ਸੀ ਉਹਨਾਂ ਦੇ ਬਾਲ ਚਿੱਟੇ ਸੀਗੇ ਬਾਲ ਥੋੜੇ ਜਦ ਤੇਲ ਮੈਂ ਲੈ ਕੇ ਗਿਆ ਤੇ ਲਾਇਆ ਨਹੀਂ ਕਿਸੇ ਨੇ ਠੀਕ ਹੈ ਜੀ ਸਮੈਲ ਆ ਰਹੀ ਆ ਕੋਈ ਫ੍ਰੈਗਰੈਂਸ ਨਹੀਂ ਵਿੱਚ ਤੇ ਮੈਂ ਤੇਲ ਖੋਲ ਕੇ ਰੱਖਤਾ ਨਹੀਂ ਲਾਉਣਾ ਨਾ ਲਾਉ ਜਦ ਬਾਲ ਮਹੀਨੇ ਕਵਾਰ ਹੋਰ ਵੀ ਲੱਗਾ ਉਹਨਾਂ ਨੂੰ ਵੀ ਇਹ ਤਾਂ ਖਰਾਬ ਹੋ ਰਿਹਾ ਕਮਜ਼ੋਰੇ ਟੁੱਟ ਰਹੇ ਬਾਲ ਉਹਨੇ ਲਾਉਣਾ ਸ਼ੁਰੂ ਕਰਤਾ ਤੇ ਮੇਰੇ ਖਿਆਲ ਅੱਜ ਤੱਕ ਉਹ 4-5 ਸਾਲ ਹੋ ਗਿਆ ਅਜ ਤੱਕ ਰੈਗੂਲਰ ਉਹੀ ਤੇਲ ਘਰ ਵਿੱਚ ਵਰਤਿਆ ਜਾ ਰਿਹਾ ਹੋਰ ਕੋਈ ਦੂਜਾ ਤੇਲ ਨਹੀਂ ਜੀ 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 ਅੱਛਾ ਇਹ ਗੱਲ ਦੱਸੋ ਕਿ ਜਿਹੜੇ ਹਿਚਕਟਾਉਂਦੇ ਨੇ ਮੁੰਡੇ ਕੁੜੀਆਂ ਉਹ ਉਹਨਾਂ ਨੂੰ ਉਹਨਾਂ ਨੂੰ ਕੀ ਕਹੋਗੇ ਤੁਸੀਂ ਇਦਾਂ ਦੇ ਤੇਲ ਜਿਹੜੇ ਖੁਸ਼ਬੂਦਾਰ ਤੇਲ ਸਾਡੇ ਮਾਰਕੀਟ ਦੇ ਵਿੱਚ ਚੱਲੇ ਹੋਏ ਨੇ ਖੁਸ਼ਬੂਦਾਰ ਸ਼ੈਂਪੂ ਹੂੰ ਹੂੰ ਤੇ ਕਹਿੰਦੇ ਨੇ ਜੀ ਕਿ 30 ਕਿੰਟਾਂ ਚ ਜੀ ਜਿਹੜੀ ਸਿਕਰੀਆ ਵਾਲਾਂ ਦੀ ਉਹ ਚੱਕ ਦਿੰਦੇ ਜਿਹਨੂੰ ਰੂਸੀ ਕਹਿੰਦੇ ਨੇ ਹੂੰ ਹੂੰ ਤੇ ਇਦਾਂ ਦਾ ਕੁਝ ਹੈ ਨਹੀਂ ਕੋਈ ਚੀ ਨਹੀਂ ਐ ਤਾਂ ਸਾਈਡ ਇਫੈਕਟ ਵਾਲੀਆਂ ਚੀਜ਼ਾਂ ਐ ਸਾਰੀਆਂ ਹੂੰ ਬੱਚਿਆਂ ਤੇ ਇਹ ਚੀਜ਼ਾਂ ਦਾ ਜਿਆਦਾ ਜਿਆਦਾ ਅਸਰ ਹੁੰਦਾ ਉਹਨਾਂ ਦੇ ਬ੍ਰੇਨ ਤੇ ਅਸਰ ਹੁੰਦਾ ਇਹਨਾਂ ਚੀਜ਼ਾਂ ਦਾ ਇਹ ਬਿਲਕੁਲ ਵੀ ਯੂਜ਼ ਨਹੀਂ ਕਰਨੇ ਚਾਹੀਦੇ ਸੋ ਇਹ ਤਸਵੀਰਾਂ ਤੁਹਾਨੂੰ ਅਸੀਂ ਦਿਖਾਈਆਂ ਨੇ ਵਿਜੇਹੋਰਾ ਦਾ ਇਹ ਅਸੀਂ ਡੇਰਾ ਕਹ ਲਈਏ ਇਸ ਨੂੰ ਅ ਕਹ ਲਈਏ ਕਿ ਜਿੱਥੇ ਚੜੇ ਹੋਏ ਵਾਲਾਂ ਦਾ ਟ੍ਰੀਟਮੈਂਟ ਆ ਉਹ ਕਰਦੇ ਨੇ ਸਨਾਵਾ ਪਿੰਡ ਹੈਗਾ ਚੰਡੀਗੜ੍ਹ ਰੋਡ ਦੇ ਉੱਤੇ ਆ ਨਵੇਂ ਸ਼ਹਿਰ ਦੇ ਬਿਲਕੁਲ ਲੱਗ ਗਿਆ ਸੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਵਾਲਾਂ ਦੀ ਕੋਈ ਸਮੱਸਿਆ ਹੈ ਤਾਂ ਵੀ ਜਿਹੜਾ ਹੋਰਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਚਾਹੇ ਅੱਧੀ ਰਾਤ ਫੋਨ ਕੀਤਾ ਜਾਵੇ ਤਾਂ ਉਹਨਾਂ ਨੂੰ ਠੀਕ ਸਲਾਹ ਦੇਣਗੇ ਜੇਕਰ ਤੁਸੀਂ ਨਵੇਂ ਸ਼ਹਿਰ ਤੇ ਇਸਦੇ ਆਲੇ ਦੁਆਲੇ ਦੇ ਹੋ ਤਾਂ ਤੁਹਾਨੂੰ ਇਹ ਜਿਹੜਾ ਟ੍ਰੀਟਮੈਂਟ ਹੈਗਾ ਵਾਲਾਂ ਤੋਂ ਝੜਨ ਦਾ ਉਹਨਾਂ ਦਾ ਦਾਵਾ ਹੈ ਕਿ ਜੇਕਰ ਵਾਲ ਸਫੈਦ ਹੁੰਦੇ ਹੋਣ ਤਾਂ ਵੀ ਔਰ ਨਾਲੋਂ ਨਾਲ ਇਹਨਾਂ ਨੇ ਵੀ ਕਿਹਾ ਕਿ ਬਹੁਤ ਸਾਰੇ ਕੇਸਿਸ ਇਹਨਾਂ ਨੇ ਇਹ ਵੀ ਦੇਖੇ ਨੇ ਕਿ ਜਿਨ੍ਹਾਂ ਦੇ ਵਿੱਚ ਗੰਜੇਪਣ ਦੇ ਪੂਰੀ ਤਰੀਕੇ ਨਾਲ ਟ੍ਰਿੰਡ ਹੋਈ ਹੋਈ ਸੀ ਤੇ ਉਸ ਗੰਜੇ ਦੇ ਉੱਤੇ ਟਿੰਡ ਦੇ ਉੱਤੇ ਵਾਲ ਲਿਜਿਨੇ ਇਹਨਾਂ ਨੇ ਉਹ ਲਿਆਂਦੇ ਨੇ ਇਹਨਾਂ ਦੇ ਫਾਰਮੂਲੇ ਨੇ ਲਿਆਂਦੇ ਨੇ ਫਿਰ ਵੀ ਜੇਕਰ ਤੁਸੀਂ ਕਿਸੇ ਤਰੀਕੇ ਦਾ ਕੋਈ ਤੁਹਾਡੇ ਮਨ ਦੇ ਵਿੱਚ ਵੀਡੀਓ ਦੇਖਣ ਤੋਂ ਬਾਅਦ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣਾ ਸਵਾਲ ਆਪਣਾ ਸ਼ੰਕਾ ਛੱਡ ਸਕਦੇ ਹੋ ਅਸੀਂ ਕੋਸ਼ਿਸ਼ ਕਰਾਂਗੇ ਵਿਜੇ ਹੋਰਾਂ ਨੂੰ ਰਿਕਵੈਸਟ ਕਰਕੇ ਕਿ ਉਹ ਸਵਾਲ ਦਾ ਜਵਾਬ ਹੈ ਜਿਹੜਾ ਤੁਹਾਨੂੰ ਦਿੱਤਾ ਜਾਵੇ ਤੇ ਉਸ ਕਮੈਂਟ ਜ਼ਰੀਏ ਤੁਹਾਡੇ ਨਾਲ ਜਿਹੜਾ ਰابطਾ ਉਹ ਕੀਤਾ ਜਾ ਸਕੇ ਧੰਨਵਾਦ